साहिब सो सलाहिए जिन कारण किया साहिब सो सलाहिए जिन कारण किया मैल लागी मन मैलिया किने अमृत पिया मत अमृत पिया एह मन दिया गुर पै मोल कराया अपनड़ा प्रभु सहज पिछता जा मानो सच लाया तिस नाल गुण गावा जी तिस भवा क्यों मिले हुए पराया साहिब सो सलाहिए जिन जगत उपाया साहिब सो सलाहिए जिन जगत उपाया जबर शतर तख दे मालक साहिब श्री गुरु ग्रंथ साहिब महाराज सच्चे पातशाह जी दी हाजूरी अंदर जुड़ बैठे अते जुड़ रहे गुरु प्यारेओ आप सारे ही अति सत्कार योग भागा वाले हों रोज दे नियम मुताबक गुरु की पावन बाणी शब्द विचार सुनने दे लई पहुंचदे हों धन्नवाद आओ जो आपां एक शब्द सूही राग दे विच सूही महला पहला अंग नंबर 766 दे जो गुरु ग्रंथ साहिब महाराज जी दी पावन बाणी विच सुशोभित है उस शब्द दा एक बंद एक पदा आपां कल पढ़िया सी उदों अगला पदा गुरु कृपा सदका अज आपां विचारना है उहनूं आपां पढ़िया पातशाह जी की बख्शिश गुरु फतेह की सांझ पाईए सब ने बोलना जी आख्यो वाहिगुरु जी का खालसा वाहिगुरु जी की फतेह सतगुरु पातशाह ने अज बड़ी वधिया गल कही आ कहिंदे ऐ जीव तू धरती दे तख्ते ते आया तेरे लिए एक काम अहम जरूरी है वो केड़ा काम है वो काम है एक परमात्मा परमेश्वर नू याद रखना उदी बड़ियाई करनी पर बंदे दा सुभाव उलझ गया जिमें साड़ी सिख कौम दे महान जोधे दाने पुरख स्याने पुरख
जिन्हां ने धन गुरु तेग बहादुर महाराज जी नूं अपनी पारक अख नाल वेख्या ते होका मारिया गुरु लादो रे मैनू गुरु लभ गया। पर यह गल तो बाद दी है ना, पहली गल भी ओ साडा महान योद्धा अति सियाणा सूझवान समझदार अमीर पुरख व्यापारी पुरख ते व्यापारी अमीर हुंदे आ ना, ਉਹਦੇ ਦਿਮਾਗ ਅੰਦਰ ਉਹਦੀ ਸੁਰਤ ਅੰਦਰ ਜਦੋਂ ਉਹ ਦੁਨਿਆਵੀ ਅੱਖ ਨਾਲ ਵੇਖਦਾ ਇੱਕ ਖਿਆਲ ਬਣਿਆ ਵੀ ਮੈਂ ਕਿਹਨੂੰ ਗੁਰੂ ਮੰਨਾਂ, ਕਿਸ ਅੱਗੇ ਆਪਣੇ ਵੱਲੋਂ ਦਸਵੰਧ ਭੇਟਾ ਦੇਵਾਂ, ਕਿਹਨੂੰ ਗੁਰੂ ਮੰਨਾਂ ਤੇ ਕਿਸ ਅੱਗੇ ਦਸਵੰਧ ਭੇਟਾ ਦੇਵਾਂ। ਚਲੋ ਮੰਨ ਲਓ ਉਸ ਸਾਡੇ ਭਰਾ ਨੇ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਆਪਣੀਆਂ ਭੇਟਾਵਾਂ ਦੇਣੀਆਂ ਕੀਤੀਆਂ। ਆਖਰ ਸਿਆਣਿਆਂ ਦੇ ਬੋਲਣੇ ਕਹਿੰਦੇ ਸੁਬਾਹ ਦਾ ਭੁੱਲਿਆ ਸ਼ਾਮ ਨੂੰ ਘਰ ਪਰਤ ਆਵੇ ਤੇ ਉਹਨੂੰ ਭੁੱਲਿਆ ਨਹੀਂ ਜਾਣੀਦਾ ਜਿਹੜਾ ਘਰੇ ਆਵੜਿਆ। ਅਸਲ ਰਸਤੇ ਤੋਂ ਉਹੀ ਖੁੰਝਿਆ ਜਿਹੜਾ ਅਜੇ ਤੱਕ ਘਰੇ ਨਹੀਂ ਵੜਿਆ, ਘਰੇ ਆ ਨਹੀਂ ਸਕਿਆ, ਉਹੀ ਹੀ ਰਸਤੇ ਤੋਂ ਭਟਕਿਆ ਹੋਇਆ। ਹੁਣ ਮੱਖਣ ਜੀ ਦੀ ਜਿਹੜੀ ਸੋਚ ਆ, ਉਹਨਾਂ ਦੀ ਜਿਹੜੀ ਅੰਦਰ ਦੀ ਭਾਵਨਾ ਹੈ, ਭਾਵਨਾ ਨੇ ਗੁਰੂ ਨੂੰ ਲੱਭ ਲਿਆ, ਅੰਦਰ ਦੇ ਸ਼ੁੱਧ ਵਿਚਾਰਾਂ ਨੇ ਗੁਰੂ ਨੂੰ ਲੱਭ ਲਿਆ, ਅੰਦਰ ਦੇ ਸੁਭ ਫੁਰਨਿਆਂ ਨੇ ਗੁਰੂ ਤੱਕ ਪਹੁੰਚ ਕਰਵਾ ਦਿੱਤੀ। ਕਿਵੇਂ ਹੋ ਗਈ ਆਪਣੇ ਵੱਲੋਂ ਦਸਵੰਧ ਭੇਟਾ ਦੇਣ ਵੇਲੇ ਇੱਕ ਵਾਰੀ ਬਾਹਰਲੀ ਅੱਖ ਨੇ ਥੋੜਾ ਜਿਹਾ ਧੋਖਾ ਖਾਧਾ, ਬਾਈ ਵਿੱਚ ਉਲਝ ਗਿਆ, ਬਾਈ ਮੰਜੀਆਂ ਲੱਗੀਆਂ ਨਾ, ਤੇ ਅੱਜ ਅਸੀਂ ਵੀ ਉਲਝ ਗਏ। ਜਿਹੜੀ ਗੱਲ ਸਾਡੀ ਆ, ਹੁਣ ਚਲੋ ਉਹ ਮੱਖਣ ਸ਼ਾਹ ਜੀ ਤਾਂ ਲਵਾਣਾ ਜੀ ਤਾਂ ਉਲਝਣ ਤੋਂ ਬਾਅਦ ਪਰਖ ਕਰ ਗਏ ਤੇ ਪਰਖ ਕਰਕੇ ਗੁਰੂ ਨੂੰ ਲੱਭ ਲਿਆ। ਉਹ ਜੋ ਮਰਜ਼ੀ ਤਰੀਕਾ ਵਰਤਿਆ, ਫਿਰ ਕੋਠੇ ਚੜ੍ਹ ਕੇ ਬਾਜ ਦਿੱਤੀ ਹੈ ਗੁਰੂ ਲਾਧੋ ਰੇ। ਪ੍ਰਕਾਸ਼ ਸਾਡੀ ਜ਼ਿੰਦਗੀ 'ਚ ਉਹ ਦਿਨ ਕਦੋਂ ਆਊਗਾ ਜਿਸ ਦਿਨ ਸਾਨੂੰ ਗੁਰੂ ਲੱਭੇ। ਮੱਖਣ ਸ਼ਾਹ ਜੀ ਤਾਂ ਲੱਭ ਗਏ ਨਾ, ਸਾਨੂੰ ਗੁਰੂ ਕਿਸ ਦਿਨ ਲੱਭੂਗਾ, ਉਹ ਦਿਨ ਕਿਹੜਾ ਕਿੱਦੇ ਕਦੋਂ ਆਊਗਾ, ਇਹ ਵੇਖ। ਇਸ ਗੱਲ ਵੱਲ ਆਪਾਂ ਝਾਤ ਮਾਰਨੀ ਹੈ, ਆਪਣੇ ਵੱਲੋਂ ਨਿਗਾਹ ਮਾਰਨੀ ਹੈ, ਉਹ ਗੁਰੂ ਸਾਨੂੰ ਕਦੋਂ ਮਿਲੂਗਾ। ਫਿਰ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਅੱਜ ਦੀ ਪਾਵਨ ਬਾਣੀ ਵਿੱਚ ਇਹੀ ਉਪਦੇਸ਼ ਦਿੱਤਾ, ਬੰਦਿਆਂ ਤੋਂ ਗੁਰੂ ਲੱਭ ਲਿਆ, ਬੰਦਿਆਂ ਤੋਂ ਆਪਣੇ ਵੱਲੋਂ ਪਰਮਾਤਮਾ ਨੂੰ ਲੱਭ ਲਿਆ, ਤੇਰੇ ਵਿੱਚ ਰੱਤੀ ਭਰ ਵੀ ਕੋਈ ਕਮੀ ਨਹੀਂ ਹੈ, ਲੱਭ ਲਿਆ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਪਰ ਕਾਰਨ ਕੀ ਬਣਿਆ ਨਾ, ਕਾਰਨ ਇਹ ਬਣ ਗਿਆ ਤੂੰ ਗੁਰੂ ਉਹ ਪਰਮਾਤਮਾ ਕੱਚਾ ਲੱਭ ਲਿਆ, ਪੱਕਾ ਨਹੀਂ ਲੱਭਿਆ, ਤੂੰ ਆਪਣੀ ਸੁਰਤ ਦੀ ਅੱਖ ਨਾਲ ਨਹੀਂ ਵੇਖਿਆ, ਦੁਨਿਆਵੀ ਅੱਖ ਨਾਲ ਵੇਖ ਲਿਆ। ਫਿਰ ਇੱਥੇ ਸਾਨੂੰ ਗੁਰੂ ਨੇ ਸੁਨੇਹਾ ਦਿੱਤਾ, ਇਹ ਮੈਸੇਜ ਦਿੱਤਾ, ਕਹਿੰਦੇ ਆਪਣੀ ਸੁਰਤ ਦੀ ਅੱਖ ਤੋਂ ਪੁੱਛ ਵੀ ਅਸਲੀ ਗੁਰੂ ਕਿਹੜਾ, ਤੈਨੂੰ ਲੱਭਣਾ ਕੋਈ ਔਖਾ ਨਹੀਂ ਹੈ, ਲੱਭਣਾ ਬੜਾ ਸੌਖਾ ਗਾ, ਪਰ ਆਪਣੀ ਸੁਰਤ ਦੀ ਅੱਖ ਤੋਂ ਕੰਮ ਲੈ। ਭੈਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸ਼ਿੰਗਾਰੋ, ਆਪਣੇ ਅੰਦਰ ਸ਼ੁੱਧ ਭਾਵਨਾ, ਸ਼ੁੱਧ ਭਾਵਨਾ ਬਣਾ, ਆਪਣੀਆਂ ਅੱਖਾਂ ਦੇ ਵਿੱਚ ਸ਼ੁੱਧ ਭਾਵਨਾ ਵਾਲਾ ਸੁਰਮਾ ਪਾ, ਤਾਂ ਸੁਹਾਗਣ ਜਾਣੀਆਂ ਸ਼ੁੱਧ ਸੁਰਮਾ ਪਾ ਕੇ ਤਾਂ ਤੂੰ ਆਪਣੇ ਪਤੀ ਮਾਲਕ ਅੱਗੇ ਅਸਲੀ ਸੁਹਾਗਣ ਬਣ ਸਕਦੀ ਹੈ। ਫਿਰ ਗੁਰੂ ਸਾਹਿਬ ਨੇ ਇੱਥੇ ਕੀ ਕਿਹਾ, ਕਹਿੰਦੇ ਅਸਲ ਦੇ ਵਿੱਚ ਸਾਹਿਬ ਉਹ ਹੈ ਜਿਹੜਾ ਪੂਰੇ ਜਗਤ ਦੀ ਰਚਨਾ ਕਰਦਾ ਹੈ,
पूरे जीवां नूं रोजी रोटी दिंदा है। उह साहिब है। उलझण वाली गल नहीं, पर बंदिया तू उलझ के रह गया, बस इन्नी गल आ। साहिब सो सलाही है, तू उपमा करना पर तू असली दी नहीं नकली दी उपमा करना। साहिब नूं तू याद करना, इसी गल नहीं भी नहीं याद करता। साहिब सो सलाही है, तू साहिब नूं चेते करदा, उस्तत करदा, उदी वडियाई करदा, पर करदा नकली दी। की गल मक्खण शाह लवाणा जी तो पुछ ला भी तू किवें परख कीती आ, उह दस दूगा। फिर मक्खण शाह जी दा जदों आपां इतिहास पढ़दे आ, फिर दसदे ने मक्खण शाह जी भी आह तरीके दे नाल भाई मैनूं गुरु मिलिया। किवें मिलिया, चलो थोड़ा जिहा आपां पुछ लो। मक्खण शाह लवाणा जी ने अपने वालों दसवंत भेटा देनी शुरू कर दिती, जो अनेक गुरु बन बन बैठे ने। पहला परख नहीं होएगी, टपला खा गया, धोखा खा गया, अख उलझ गई। आखिरकार मक्खण शाह जी ने एक गल कीती है, कहिंदा हो दातिया मैं कमजोर, मेरी अख कमजोर, मैं भी कमजोर हाँ ते मेरी अख भी कमजोर आ। मेरी अख ने तैनूं वेख्या नहीं है ते मेरी सुरत ने तैनूं परख्या नहीं है, ते कृपा कर जे मेरी अख सुरत रूपी अख कमजोर आ ना, तैनूं परख भी नहीं सकदी, तैनूं वेख भी नहीं सकदी। पर पातशाह तू तो मैनू जानदा ना, तू तो मैनू वेखदा ना, तेरी अख तो मैनू जानदी ना, मेरी अख नहीं तैनू जानदी भी तू कित्थे आ, पर तेरी अख ओ मैनू जानदी आ। ते कृपा कर मैं तेरी पहचान नहीं कर सकिया, तू मेरी पहचान करके मैनू आवाज मार लै। ते फिर सच जानो जिहड़ी बेनती मक्खण शाह ने कीती है ना, भी मेरी अख नहीं तैनू परख सकी, ते तू मैनू खुद ही परख ला। फिर वाहिगुरु ने विध बनाई है, एक ऐसा आइडिया, एक तरीका आया गा, भाई कोई होर है, इशारा होया हाँ हैगा, कौन ओ फलाने थां बैठा गा, है तां साडे तों अलग जा, उहदी विचारधारा भी अलग आ, जीवन जिउण दा ढंग भी अलग है, खाण पीण दा, बच्चे पालन दा, परिवार दा जिहड़ा टोटल ढंग आ ओह अलग आगा। उहदे कोले जाया, फिर जदों गुरु कोले गया ते गुरु ने दस दित्ता भी भाव तू किवें उलझ गया ते कित्थे खड़ गया। फिर अज भी उही गुरु आवाज मारदा, कहिंदे मैनूं पता पुत्तर, तेरी अख ने मैनूं परख्या नहीं है, तू कदे वगया शरीर कोले, ओ फलाने डेरे वाला बाबा चंगा गा, कदे तू वगया रुख कोले, कदे तू वगया पशुआं कोले, कदे तू वगया किते कदे किते, परख नहीं सकिया। पर मैं तैनूं आवाज दिना, ओ आवाज अज दे शब्द विच मारी आ, साहिब सो सलाही है जिन कारण किया। ओ साहिब नूं सलाह, ओदी उपमा, ओदी वडियाई कर, जिहड़ा साहिब पूरे जगत दी रचना नूं रचन वाला है। अधूरे दी उपमा नहीं करनी, पूरे दी उपमा करनी है। साहिब सो सलाही है, तू नहीं परख सकदा, ते गुरु पहले पातशाह कहिंदे मैं तैनू दस दिना, ते तू मेरी गल सुन के ना रोज मेरे कोले आ जा कर, ते आही साहिब आ भाई जिहड़ा साहिब रोज साडे नाल गल्लां करदा गा गुरबाणी दे राही। साहिब मेरा एको है, एको है भाई एको है, गुरा एक दे बुझाई, सबना जिया का एक दाता, सो मैं विसर ना जाई, ओ मैथों क्यों विसरे, जिहड़ा भाव साहिब एक है ते साडा सारिआं दा मालक एक है। एक ओंकार, ओंकार ओ परमात्मा एक, ओ परमात्मा एक है, मैं ओहदी उपमा करनी आ जिहड़ा एक, मैं ओहदी वडियाई करनी आ जिहड़ा केवल सब दा मालक आप है, मैं ओहदी शोभा करनी आ जिहड़ा भाव सब दे मूंह विच रोटी पाउंदा, किसे तो पवाउंदा नहीं है, मैं ओहदी वडियाई करनी आ। ते असीं किहदी वडियाई विच लगे आ, असीं उहनां दी वडियाई विच लगे आ जिहड़े आप दे मूंह विच रोटी पाउंदे ने।
ਅਸੀਂ ਉਹਦੀ ਵਡਿਆਈ 'ਚ ਨਹੀਂ ਲੱਗੇ ਜਿਹੜਾ ਹੋਰਾਂ ਦੇ ਮੂੰਹ 'ਚ ਰੋਟੀ ਪਾਉਂਦਾ ਪਰ ਆਪ ਨਹੀਂ ਪਵਾਉਂਦਾ। ਅਸੀਂ ਉਹਨਾਂ ਦੀ ਵਡਿਆਈ ਵਿੱਚ ਲੱਗੇ ਹਾਂ ਜਿਹੜੇ ਭਾਵ ਸਾਥੋਂ ਆਪਣਾ ਗੋਲਾ ਧੰਦਾ ਕਰਵਾਉਂਦੇ ਨੇ। ਅਸੀਂ ਉਹਦੀ ਵਡਿਆਈ 'ਚ ਨਹੀਂ ਲੱਗੇ ਜਿਹੜਾ ਸਾਡਾ ਗੋਲਾ ਧੰਦਾ ਕਰਦਾ ਸਾਨੂੰ ਸੰਭਾਲਦਾ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਅਸੀਂ ਉਹਦੀ ਵਡਿਆਈ ਵਿੱਚ ਲੱਗੇ ਹਾਂ ਜਿਹੜਾ ਸਾਡਾ ਪ੍ਰਧਾਨ ਬਣ ਕੇ ਬਹਿ ਗਿਆ ਨਾਇਕ ਵਿੱਚ ਪ੍ਰਧਾਨ। ਅਸੀਂ ਉਹਦੀ ਵਡਿਆਈ 'ਚ ਨਹੀਂ ਲੱਗੇ ਜਿਹੜਾ ਖੁਦ ਪ੍ਰਧਾਨ ਆ। ਕੌਣ ਪਰਮਾਤਮਾ ਜਿਹੜਾ ਸਾਨੂੰ ਪ੍ਰਧਾਨ ਬਣਾਉਂਦਾ ਗਾ, ਉਹ ਨਹੀਂ ਕਹਿੰਦਾ ਨਾ ਪੁੱਤ ਮੈਨੂੰ ਨਾ ਤੂੰ ਕੁਛ ਵੀ ਕਹਿ, ਤੂੰ ਬਣ ਜਾ ਜਿਹੜਾ ਕੁਛ ਬਣਨਾ। ਅਸੀਂ ਉਹਦੀ ਵਡਿਆਈ ਉਹਦੀ ਉਪਮਾ ਵਿੱਚ ਜੁੜਨਾ ਹੈ। ਤਾਈਓ ਮੇਰੇ ਮਾਲਕ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਜ਼ਿਕਰ ਕੀਤਾ, ਪਾਤਸ਼ਾਹ ਜੀ ਕਹਿੰਦੇ ਸਾਹਿਬ ਸੋ ਸਲਾਹੀ ਹੈ ਜਿਨ ਕਾਰਨ ਗਿਆ। ਇੱਥੇ ਕਾਰਨ ਤੋਂ ਭਾਵ ਕੀ ਆ, ਜਿਹਨੇ ਪੂਰੇ ਜਗਤ ਦੀ ਰਚਨਾ ਕੀਤੀ ਹੈ ਉਸ ਵਾਹਿਗੁਰੂ ਨੂੰ, ਉਸ ਪਰਮੇਸ਼ਰ ਪਰਮਾਤਮਾ ਨੂੰ ਅਸੀਂ ਸਲਾਉਣਾ ਹੈ। ਅਸੀਂ ਹੋਰ ਦੀ ਵਡਿਆਈ ਨਹੀਂ ਕਰਨੀ, ਰੱਤੀ ਭਰ ਵੀ ਸਾਡੇ ਦਿਮਾਗ 'ਚ ਨਾ ਹੋਵੇ। ਹਾਂ, ਕਿਸੇ 'ਚ ਗੁਣ ਨੇ ਉਹਨਾਂ ਗੁਣਾਂ ਦੀ ਸੋਭਾ ਕਰ ਦੇਣੀ, ਕੋਈ ਗੁਣਾ ਨਹੀਂ। ਔਗਣ ਹਾਰਿਆਂ ਦੀ ਸੋਭਾ ਬਿਲਕੁਲ ਨਹੀਂ ਕਰਨੀ। ਕੰਡਿਆਂ ਨੂੰ ਫੁੱਲ ਕਹਿਣਾ ਗਲਤ ਹੈ, ਫੁੱਲ ਨੂੰ ਫੁੱਲ ਕਹਿ ਕੇ ਉਹਨੂੰ ਥੋੜ੍ਹੀ ਜਿਹੀ ਵਡਿਆਈ ਦੇ ਦੇਣੀ ਕੋਈ ਗੁਨਾਹ ਨਹੀਂ ਹੈ। ਪਰ ਉਹ ਫੁੱਲ ਦੇ ਪਿੱਛੇ ਵੀ ਧਿਆਨ ਸਾਡਾ ਫੁੱਲ ਬਣਾਉਣ ਵਾਲੇ 'ਤੇ ਅਤੇ ਫੁੱਲ ਦੀ ਸੁਗੰਧੀ ਪਾਉਣ ਵਾਲੇ 'ਤੇ ਜਾਵੇ। ਸ਼ੁਕਰ ਹੈ ਦਾਤਿਆ ਤੂੰ ਕਿੰਨਾ ਸੋਹਣਾ ਫੁੱਲ ਬਣਾਇਆ ਅਤੇ ਇਹਦੇ ਵਿੱਚ ਸੁਗੰਧੀ ਪਾ ਦਿੱਤੀ ਹੈ। ਅਤੇ ਕੰਡੇ ਵੀ ਉਹ ਵਾਹਿਗੁਰੂ ਨੇ ਬਣਾਏ ਨੇ, ਪਰ ਕੰਡਿਆਂ ਦੀ ਵਡਿਆਈ ਕਿਉਂ ਨਹੀਂ ਕੀਤੀ? ਕਿਉਂਕਿ ਕੰਡਾ ਦੁੱਖ ਦਿੰਦਾ ਅਤੇ ਫੁੱਲ ਦੁੱਖ ਨਹੀਂ ਦਿੰਦਾ। ਫੁੱਲ ਕੁਝ ਸਮੇਂ ਦੇ ਲਈ ਸਾਨੂੰ ਸਕੂਨ ਦਿੰਦਾ ਸੁਗੰਧੀ ਦੇ ਰਾਹੀਂ, ਤੇ ਕੰਡਾ ਦੁੱਖ ਦਿੰਦਾ। ਰਸਤੇ 'ਚ ਫੁੱਲ ਪਿਆ ਹੋਵੇ ਸੱਚਾ ਵੀ ਬੰਦਾ ਚੁੱਕ ਕੇ ਆਪਣੇ ਥੈਲੇ ਵਿੱਚ ਪਾ ਲਊਗਾ, ਪੈਰਾਂ 'ਚ ਰੁੱਲਦਾ ਕੋਈ ਗੱਲ ਨਹੀਂ, ਪਾਣੀ 'ਚ ਤੇਰ ਦਾਂਗੇ ਆਪਾਂ ਆਪਣੀ ਭਾਵਨਾ ਆਪਣੀ ਮਤ ਮੁਤਾਬਕ। ਨਹੀਂ ਭਾਈ, ਇਹਨੂੰ ਉੱਚੇ ਥਾਂ 'ਤੇ ਰੱਖ ਦਾਂਗੇ, ਸੁੱਕ ਜੂਗ ਚਲੋ ਕੋਈ ਨਾ ਉੱਡ ਜੂਗਾ, ਇੱਦਾਂ ਦੀ ਭਾਵਨਾ ਨਾ। ਅਤੇ ਜੇ ਕੰਡੇ ਪਏ ਹੋਣ ਅਤੇ ਸੱਚ ਜਾਣੋ ਬੰਦਾ ਉੱਥੇ ਸੁੱਟਦਾ ਵੀ ਮੁੜ ਕੇ ਇਹ ਮੂਹਰੇ ਦੁਆਰੇ ਨਾ ਆਉਣ, ਇਹ ਕੰਡੇ ਦੁਆਰਾ ਨਾ ਕਿਸੇ ਦੇ ਰਸਤੇ ਵਿੱਚ ਆ ਕੇ ਕਿਸੇ ਦਾ ਪੈਰ ਵਿੰਨਣ, ਅਤੇ ਬੰਦਾ ਕੰਡਿਆਂ ਨੂੰ ਉੱਥੇ ਸੁੱਟਦਾ ਜਿੱਥੋਂ ਦੁਬਾਰਾ ਉਹ ਆ ਨਾ ਸਕਣ, ਗਲ ਜਾਣ ਉੱਥੇ ਪਈ ਖਤਮ ਹੋ ਜਾਣ। ਇਸ ਕਰਕੇ ਕੰਡੇ ਦੀ ਨਹੀਂ ਆਪਾਂ ਸੋਭਾ ਵਡਿਆਈ ਫੁੱਲ ਦੀ ਕਰਨੀ ਆ। ਗੁਰੂ ਇੱਕ ਅਜਿਹਾ ਫੁੱਲ ਹੈ ਜਿਹੜਾ ਸਾਨੂੰ ਸੱਚੇ ਪਰਮਾਤਮਾ ਦੀ ਸੁਗੰਧੀ ਨਾਲ ਰਸ ਨਾਲ ਜੋੜਦਾ ਹੈ ਅਤੇ ਆਪਾਂ ਉਸ ਗੁਰੂ ਨਾਲ ਜੁੜਨਾ ਹੈ। ਅਤਿ ਸਤਿਕਾਰਯੋਗ ਆ ਆਪਾਂ ਗੁਰੂ ਦੀ ਗੱਲ ਸੁਣ ਕੇ ਗੁਰੂ ਦੀ ਗੱਲ ਮੰਨ ਕੇ ਹੀ ਆਪਾਂ ਸਾਰੇ ਕਾਰਜ ਕਰਨੇ ਨੇ। ਸਾਹਿਬ ਸੋ ਸਲਾਹੀ ਹੈ ਜਿਨ ਕਾਰਨ ਕੀਆ, ਜਿਸ ਪਰਮਾਤਮਾ ਨੇ ਸੋਹਣੀ ਰਚਨਾ ਕੀਤੀ ਹੈ ਮੈਂ ਉਸ ਪਰਮਾਤਮਾ ਨੂੰ ਛੱਡ ਕੇ ਕਿਉਂ ਕਿਤੇ ਜਾਵਾਂ। ਭਾਈ ਜਿਹਦੀ ਮੈਂ ਵਡਿਆਈ ਵਿੱਚ ਪਿਆ ਨਾ, ਉਹ ਤਾਂ ਇੱਕ ਦੋ ਬੱਚਿਆਂ ਨੂੰ ਜਨਮ ਦੇ ਕੇ ਇੱਕ ਦੋ ਨੂੰ ਪਾਲਣ ਦੀ ਸ਼ਕਤੀ ਰੱਖਦਾ ਹੋਊਗਾ। ਚਲੋ ਕਿਸੇ ਦੀ ਲੀਡਰਾਂ ਨਾ ਬਣਦੀ ਹੈ, ਕਿਸੇ ਦੀ ਸੰਸਾਰ ਨਾ ਬਣਦੀ ਹੈ, ਨੋਟ ਨਾ ਬਣਦੀ ਆ, ਵੋਟ ਨਾ ਬਣਦੀ ਆ, ਥੋੜ੍ਹੀ ਬਹੁਤੀ ਹੋਰ ਸੇਵਾ ਕਰ ਸਕਦਾ ਗਾ, ਇਦੋਂ ਵੱਧ ਨਹੀਂ। ਪਰਿਵਾਰ ਤੋਂ ਉੱਪਰ ਉੱਠ ਕੇ ਥੋੜ੍ਹੀ ਜਿਹੀ ਹੋਰ ਨਾ, ਅਤੇ ਪਰ ਉਹ ਪਰਮਾਤਮਾ ਤਾਂ ਆਪਣੇ ਵਿਰੋਧੀਆਂ ਦੇ ਮੂੰਹ ਵਿੱਚ ਵੀ ਪਾਉਂਦਾ। ਜਿਹੜਾ ਰੱਬ ਨੂੰ ਰੋਜ਼ ਗਾਲਾਂ ਕੱਢਦਾ ਨਾ, ਉਹ ਰੱਬ ਜੀ ਤਾਂ ਉਹਦੇ ਮੂੰਹ 'ਚ ਵੀ ਪਾਉਂਦਾ ਗਾ। ਅਤੇ ਜਿਹਨੂੰ ਅਸੀਂ ਮੰਨਦੇ ਪੂਜਦੇ ਹਾਂ ਉਹ ਚੈੱਕ ਕਰਦਾ ਤੂੰ ਕੌਣ ਆ, ਮੇਰਾ ਬੰਦਾ ਕਿ ਕਿਸੇ ਹੋਰ ਦਾ ਗਾ? ਨਹੀਂ, ਜੇ ਹੋਰ ਦਾ ਫਿਰ ਨਹੀਂ ਤੈਨੂੰ ਕੁਛ ਮਿਲੂਗਾ, ਜੇ ਮੇਰਾ ਗਾ ਤਾਂ ਆ ਜਾ। ਅਤੇ ਗੁਰੂ ਘਰ ਦਾ ਨਿਯਮ ਵੀ ਇਹੀ ਆ ਨਾ, ਕੋਈ ਆਵੇ ਕੋਈ ਜਾਵੇ, ਮਤਲਬ ਚੌਂ ਦਰਵਾਜ਼ੇ ਖੁੱਲ੍ਹੇ ਨੇ ਅਤੇ ਚੌਹਾਂ ਦਰਵਾਜ਼ਿਆਂ ਦਾ ਪ੍ਰਤੀਕ ਕੀ ਆ, ਮਤਲਬ ਕੀ ਆ, ਕੋਈ ਵੀ ਆਵੇ ਕਿਸੇ ਨੂੰ ਗੁਰਬਾਣੀ ਪ੍ਰਸ਼ਾਦ ਅਤੇ ਗੁਰੂ ਦਾ ਕੜਾਹ ਪ੍ਰਸ਼ਾਦ ਅਤੇ ਗੁਰੂ ਦਾ ਜਿਹ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਹੇ, ਪ੍ਰਸ਼ਾਦ ਭੋਜਨ ਇੱਕੋ ਜਿਹੇ ਰੂਪ ਵਿੱਚ ਵਰਤਾਈ ਦਾ ਹੈ, ਇੱਥੇ ਮਤਭੇਦ ਨਹੀਂ ਹੈ। ਹਾਂ, ਜੇ ਮਤਭੇਦ ਹੈ ਤਾਂ ਉਹ ਸਾਡੀ ਗਲਤੀ ਹੋ ਸਕਦੀ ਆ, ਪਰ ਗੁਰੂ ਦੀ ਗਲਤੀ ਨਹੀਂ ਹੈ। ਇਸੇ ਕਰਕੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆਪਾਂ ਉਹਦੀ ਉਪਮਾ ਉਹਦੀ ਵਡਿਆਈ ਦੇ ਵਿੱਚ ਜੁੜਨਾ ਹੈ ਜਿਹੜਾ ਵਾਹਿਗੁਰੂ ਪਰਮਾਤਮਾ ਸਭ ਨੂੰ ਪਾਲਦਾ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਵਾਰਕ ਤੁਮਰੇ ਤਾਰੇ, ਜਿਹਵਾ ਏਕ ਕਵਣ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿ ਨਹੀਂ ਰਹੀਐ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਅੱਗੇ ਪਾਤਸ਼ਾਹ ਜ਼ਿਕਰ ਕਰਦੇ ਨੇ, ਕਹਿੰਦੇ ਆਪਣੇ ਜੀਵਨ ਦੇ ਵਿੱਚ
ਜਿਹੜੀ ਮੈਲ ਆ ਨਾ ਉਹ ਕਾਫੀ ਮਾਤਰਾ ਚੜ੍ਹ ਗਈ ਆ। ਵੈਸੇ ਮੈਲ ਦੇ ਪ੍ਰਥਾਏ ਆਪਾਂ ਗੁਰੂ ਕੀ ਪਾਵਨ ਬਾਣੀ ਵਿੱਚੋਂ ਕਾਫੀ ਵਿਚਾਰਾਂ ਸੁਣਦੇ ਹਾਂ। ਇੱਥੇ ਦੋ ਨੰਬਰ ਪੰਗਤੀ ਫਿਰ ਮੈਲ ਦੇ ਆਧਾਰ ਤੇ ਆ, ਆਪਾਂ ਸੰਖੇਪ ਪੜਾਂਗੇ ਗੁਰੂ ਪਾਤਸ਼ਾਹ ਕੀ ਕਹਿੰਦੇ ਨੇਗੇ। ਪਹਿਲਾ ਬੰਦ ਸੀ ਸਾਹਿਬ ਸੋ ਸਲਾਹੀ ਹੈ ਜਿਨ ਕਾਰਨ ਕੀ ਆ। ਦੂਜੀ ਪੰਕਤੀ ਵਿੱਚ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਮਨ ਜਿਹੜਾ ਸਾਡਾ ਹੈ ਨਾ ਇਹ ਭਾਈ ਮੈਲ ਦਾ ਭਰ ਗਿਆ, ਮੈਲ ਇਹਨੂੰ ਲੱਗ ਚੁੱਕੀ ਹੈ। ਮੈਲ ਲਾਗੀ ਮਨ ਮੈਲਿਆ ਕਿਨੈ ਅੰਮ੍ਰਿਤ ਪੀਆ। ਹੁਣ ਗੁਰਦੇਵ ਪਾਤਸ਼ਾਹ ਨੇ ਇਸ ਪਾਵਨ ਸਤਰ ਦੇ ਵਿੱਚ ਪਾਵਨ ਪੰਕਤੀ ਦੇ ਵਿੱਚ ਜ਼ਿਕਰ ਕੀ ਕੀਤਾ, ਕਹਿੰਦੇ ਮੈਲ ਲੱਗੀ ਮਨ ਮੈਲਿਆ। ਕਹਿੰਦੇ ਮੈਨੂੰ ਮਨ ਨੂੰ ਨਾ ਮੈਲ ਲੱਗ ਗਈ ਤੇ ਮੇਰਾ ਮਨ ਮੈਲਾ ਹੋ ਗਿਆ, ਇੰਨਾ ਮਲੀਨ ਹੋ ਗਿਆ ਵੀ ਇਹ ਮਨ ਰੂਪੀ ਭਾਂਡਾ ਵਰਤਣ ਯੋਗ ਨਹੀਂ ਰਿਹਾ। ਹੁਣ ਸੱਚ ਜਾਣਿਓ ਇੱਕ ਭਾਂਡਾ ਉਹ ਆ ਜਿਹਨੂੰ ਅਸੀਂ ਰੋਜ਼ ਵਰਤਦੇ ਹਾਂ, ਉਹ ਮੈਲਾ ਵੀ ਹੋ ਜਾਂਦਾ ਤੇ ਉਹਨੂੰ ਆਪਾਂ ਸਾਫ਼ ਕਰ ਲੈਂਦੇ ਹਾਂ, ਸਾਫ਼ ਕਰਨ ਤੋਂ ਬਾਅਦ ਫਿਰ ਵਰਤ ਲੈਂਦੇ ਹਾਂ। ਮਨ ਨੂੰ ਸਾਡੇ ਨੂੰ ਪ੍ਰਭਾਸ ਮਿਲ ਜਾਂਦਾ ਵੀ ਜਿਹੜਾ ਭਾਂਡਾ ਮੈਂ ਮਾਂਜ ਲਿਆ, ਜਿਹੜਾ ਭਾਂਡਾ ਪਹਿਲਾਂ ਕਿਸੇ ਨੇ ਵਰਤਿਆ ਸੀ ਉਹ ਭਾਂਡਾ ਜੂਠਾ ਸੀ ਮੈਲਾ ਸੀ, ਤੇ ਉਦੋਂ ਬਾਅਦ ਉਹ ਭਾਂਡੇ ਨੂੰ ਸਾਫ਼ ਕੀਤਾ ਗਿਆ, ਧੋਤਾ ਗਿਆ, ਮਾਂਜਿਆ ਗਿਆ, ਸਾਨੂੰ ਸਕੂਨ ਮਿਲ ਗਿਆ ਵੀ ਬਰਤਨ ਮਾਂਜਿਆ ਗਿਆ। ਉਹਦੇ ਵਿੱਚ ਦੁਬਾਰਾ ਕੋਈ ਵੀ ਭੋਜਨ ਪਾ ਸਕਦੇ ਹਾਂ ਆਪਾਂ, ਭੋਜਨ ਪਾਉਣ ਤੋਂ ਬਾਅਦ ਛਕਿਆ ਗਿਆ, ਇਹੀ ਗੱਲ ਬਣ ਗਈ ਨਾ। ਪਰ ਇੱਕ ਭਾਂਡਾ ਉਹ ਆ ਸਾਡੇ ਘਰਾਂ ਦੇ ਵਿੱਚ ਹੀ ਹੁੰਦਾ, ਕਈ ਵਾਰ ਉਹ ਭਾਂਡਾ ਸਾਨੂੰ ਅੱਡ ਕੱਢਣਾ ਪੈ ਜਾਂਦਾ, ਕਿਹੜਾ ਜਿਹਦੇ ਵਿੱਚ ਮੈਲ ਜੰਮ ਜਾਵੇ, ਉਹ ਨਾ ਸਾਡੇ ਵਰਤਣ ਯੋਗ ਆ ਤੇ ਨਾ ਹੀ ਕਿਸੇ ਦੇ ਵਰਤਣ ਯੋਗ ਰਿਹਾ ਗਾ। ਉਹ ਇੰਨਾ ਮਲੀਨ ਹੋ ਗਿਆ ਭਾਂਡਾ ਵੀ ਸਾਡੇ ਤੇ ਕਿਸੇ ਹੋਰ ਦੇ ਵਰਤਣ ਯੋਗ ਨਹੀਂ ਰਿਹਾ। ਹੁਣ ਗੁਰੂ ਸਾਹਿਬ ਜੀ ਕਹਿੰਦੇ ਚੰਦਰਿਆ ਤੇਰਾ ਮਨ ਇੰਨਾ ਮੈਲਾ ਹੋ ਗਿਆ, ਸੱਚ ਜਾਣੀ ਵਰਤਣ ਯੋਗ ਨਹੀਂ ਰਿਹਾ ਗਾ। ਜੇ ਤੂੰ ਇਹ ਮਨ ਰੂਪੀ ਭਾਂਡੇ ਨੂੰ ਨਾ ਆਪਣੀ ਮਤ ਅਨੁਸਾਰ ਵਰਤੇਗਾ ਇਹ ਵਰਤਣ ਯੋਗ ਨਹੀਂ ਹੈ। ਪਰ ਗੁਰੂ ਬਖਸ਼ਿਸ਼ ਕਰੇ, ਗੁਰੂ ਕਿਰਪਾ ਕਰੇ ਤੇ ਗੁਰੂ ਇਸ ਭਾਂਡੇ ਤੋਂ ਕੰਮ ਲੈ ਸਕਦਾ, ਇਹਨੂੰ ਸਾਫ਼ ਕਰ ਸਕਦਾ, ਉਹਦੇ ਕੋਲ ਤਰੀਕਾ ਹੈਗਾ ਗਾ। ਹੁਣ ਉਦਾਹਰਣ ਕੀ ਆ, ਇੱਕ ਭਾਂਡਾ ਮੈਲਾ ਸੀ ਅਸੀਂ ਕੱਢ ਦਿੱਤਾ, ਇਹਨੂੰ ਭਾਂਡਿਆਂ 'ਚ ਬਾਹਰ ਕੱਢ ਦਿਉ, ਕੀ ਕਰਾਉਣਾ ਹੈ ਤੂੰ, ਮੈਲਾ ਹੋਇਆ ਪਿਆ ਇਹਦੇ ਵਿੱਚ ਮੈਲ ਜੰਮ ਗਈ। ਪਰ ਕੋਈ ਘਰ ਦੇ ਵਿੱਚ ਸਿਆਣੀ ਮਾਂ ਹੋਵੇ ਨਾ, ਸਿਆਣਾ ਪਰਿਵਾਰ ਦਾ ਕੋਈ ਮੈਂਬਰ ਲਾ ਲਓ, ਕਈ ਵਾਰ ਉਹ ਬਾਹਰ ਕੱਢੇ ਹੋਏ ਭਾਂਡੇ ਨੂੰ ਇੰਨੇ ਸੋਹਣੇ ਤਰੀਕੇ ਨਾਲ ਸਾਫ਼ ਕਰਦਾ ਮਾਂਜਦਾ ਤੇ ਭਾਂਡੇ ਨੂੰ ਨਾ ਦੁਬਾਰਾ ਲਿਸ਼ਕਾ ਦਿੰਦਾ। ਉਹ ਕਹਿੰਦਾ ਕੋਈ ਨਾ ਆਪਾਂ ਇਹ ਭਾਂਡਾ ਨਾ ਭਾਂਡੇ ਸਾਫ਼ ਕਰਨ ਵਾਲੇ ਤੋਂ, ਭਾਂਡਿਆਂ 'ਚ ਮੈਲ ਲਾਉਣ ਵਾਲੇ ਤੋਂ ਤੇ ਭਾਂਡਿਆਂ 'ਤੇ ਜਿਹੜਾ ਆਪਣੇ ਵੱਲੋਂ ਪਾਲਿਸ਼ ਚੜ੍ਹਾਉਂਦਾ ਨਾ ਆਪਾਂ ਉਹਨਾਂ ਤੋਂ ਸਾਫ਼ ਕਰਵਾ ਲਵਾਂਗੇ, ਭਾਂਡਾ ਸਿੱਟੋ ਨਾ ਭਾਈ ਕੋਈ ਨਾ ਮੈਂ ਇਹਤੋਂ ਕੰਮ ਲੈ ਲਵਾਂਗੇ। ਕਿਸੇ ਸਿਆਣੀ ਮਾਂ ਨੇ ਤਰੀਕਾ ਦੇ ਦਿੱਤਾ ਇਹ। ਹੁਣ ਗੁਰੂ ਕੀ ਕਹਿੰਦਾ, ਮਾਨਾ ਜਿਹੜਾ ਤੇਰਾ ਇਹ ਮੈਲਾ ਤਾਂ ਇੰਨਾ ਹੋ ਗਿਆ ਵੀ ਜੇ ਆਪਾਂ ਸੰਸਾਰਕ ਤਲ 'ਤੇ ਦੇਖੀਏ ਇਹਨੂੰ ਬਾਹਰ ਹੀ ਕੱਢਣਾ ਆਪਾਂ ਪਾਸੇ ਕਰਨਾ, ਕੋਈ ਇੰਨਾ ਮੈਲਾ ਹੋ ਗਿਆ ਇਹ। ਪਰ ਜੇ ਤੂੰ ਇਹ ਭਾਂਡੇ ਨੂੰ ਸਾਫ਼ ਕਰਵਾਉਣਾ ਚਾਹੁੰਦਾ ਤਾਂ ਫਿਰ ਉਹ ਤਰੀਕਾ ਹੈ। ਇੱਕ ਦੋ ਉਦਾਹਰਨਾਂ ਲੈ ਲਓ, ਆਪਾਂ ਸਾਰੇ ਜਾਣਦੇ ਹਾਂ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਪਹਿਲੀ ਪ੍ਰਚਾਰਕ ਫੇਰੀ ਸ਼ੁਰੂ ਕੀਤੀ ਹੈ ਨਾ ਸੁਲਤਾਨਪੁਰ ਦੀ ਧਰਤੀ ਤੋਂ, ਨਗਰ ਚੋਂ ਨਿਕਲਦੇ ਹੀ ਗੁਰੂ ਸਾਹਿਬ ਨੂੰ ਇੱਕ ਕੋੜੀ ਮਿਲਿਆ ਸੀ, ਉਹਨੂੰ ਆਪਾਂ ਸਾਰੇ ਜਾਣਦੇ ਹਾਂ ਦੀਪਾਲਪੁਰੀ ਦੀ ਧਰਤੀ ਤੇ ਅੰਮ੍ਰਿਤਸਰ ਸਾਹਿਬ ਦੇ ਇਲਾਕੇ 'ਚ ਕੋੜੀ ਮਿਲਿਆ ਨਾ। ਹੁਣ ਉਹ ਕੋੜੀ ਕੌਣ ਆ ਜਿਹਨੂੰ ਜਿਹਦੇ ਪਰਿਵਾਰ ਨੇ ਇੱਕ ਭਾਂਡੇ ਦੀ ਤਰ੍ਹਾਂ ਬਾਹਰ ਸੁੱਟਤਾ ਵੀ ਇਹਨੂੰ ਰਸਤੇ ਦੇ ਵਿੱਚ ਬਾਹਰ ਸੁੱਟ ਦੇਵੋ, ਵਹਾ ਦੇਵੋ ਤੇ ਉਹਦੇ ਕੋਲ ਇੱਕ ਮਿੱਟੀ ਦਾ ਬਰਤਨ ਰੱਖ ਦਿੱਤਾ, ਰਾਹ ਜਾਂਦੇ ਰਾਹ ਗਏ ਦੂਏ ਤੀਏ ਦਿਨ ਬਾਅਦ ਕੁਛ ਵਿੱਚ ਪਾ ਜਾਂਦੇ ਆ, ਜਿਵੇਂ ਕੁੱਤਿਆਂ ਦੇ ਨਾਲ ਸਲੂਕ ਕੀਤਾ ਜਾਂਦਾ ਗਾ, ਇੱਦਾਂ ਪਾ ਜਾਂਦੇ ਨੇ ਤੇ ਉਹ ਵਿਚਾਰਾ ਜੋ ਹੈ ਛਕ ਲੈਂਦਾ। ਕਹਿਣ ਤੋਂ ਭਾਵ ਸਰੀਰਕ ਤਲ ਤੇ ਉਹਦਾ ਭਾਂਡਾ ਜਿਹੜਾ ਹੈ ਮਲੀਨ ਇੰਨਾ ਹੋ ਗਿਆ, ਨਾ ਪਤਨੀ ਨੇ ਕਦਰ ਕੀਤੀ ਨਾ ਬੱਚਿਆਂ ਨੇ ਕੀਤੀ, ਨੇੜੇ ਤਾਂ ਇਹੀ ਹੈ ਨਾ ਬੱਚੇ ਪਤਨੀ ਨਹੀਂ ਕਦਰ ਕੀਤੀ। ਪਰ ਚੇਤਾ ਜਾਣੋ ਜਿਨ੍ਹਾਂ ਨੂੰ ਸਾਡਾ ਸਮਾਜ ਕਹਿੰਦਾ ਮੇਰੇ ਆਪਣੇ ਨੇ ਉਹਨਾਂ ਨੇ ਕੱਢ ਕੇ ਬਾਹਰ ਬਹਾ ਦਿੱਤਾ ਭਾਂਡਾ, ਉਹ ਕੱਢ ਦਿੱਤਾ ਬਾਹਰ।
ਤੇ ਲੋਕ ਆਉਂਦੇ ਨੇ, ਲੋਕ ਦੂਰੋਂ ਲੰਘਦੇ ਨੇਗੇ, ਨੇੜੇ ਨਹੀਂ ਟੁੱਕਦੇਗੇ। ਪਰ ਸੱਚ ਜਾਣੋ, ਬੰਦਾ ਉਹੀ ਆ ਜਿਹੜਾ ਕਿਸੇ ਦੀ ਵਿਪਤਾ ਚ ਖੜੇ। ਸੌਖੇ ਵੇਲੇ ਤਾਂ ਹਰੇਕ ਹੀ ਆ ਕੇ ਸਫਾਈਆਂ ਮਾਰਦਾ ਗਾ, ਸਮਝ ਗਏ ਨਾ? ਸੌਖੇਪਣ ਵੇਲੇ ਤਾਂ ਹਰੇਕ ਹੀ ਆ ਕੇ, ਸੁੱਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚੂਹ ਦਿਸ ਘੇਰੈ, ਬਿਪਤ ਭਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰੈ। ਤੇ ਹੁਣ ਅੱਜ ਇੱਕ ਆਪਾਂ ਨੂੰ ਪਤਾ ਨਾ, ਬਿਮਾਰੀ ਪਤਾ ਨੀ ਹੈ ਪਤਾ ਨੀ, ਪਰ ਜਿੱਥੋਂ ਤੱਕ ਯਕੀਨ ਆ ਵੀ ਹੈ ਹੀ ਨਹੀਂ, ਪਰ ਉਹਦੇ ਸੰਬੰਧ ਵਿੱਚ ਰੌਲਾ ਬਹੁਤ ਪੈ ਜਾਂਦਾ। ਇਹ ਇੱਕ ਬਹੁਤ ਵੱਡੇ ਪੱਧਰ ਤੇ ਸਾਜ਼ਿਸ਼ ਕਹਿ ਲਓ, ਇੱਕ ਨੀਤੀ ਕਹਿ ਲਓ, ਸਾਡੇ ਸੰਸਾਰ ਨੂੰ ਖਤਮ ਕਰਨ ਦੀ। ਮੈਂ ਇੱਕ ਜ਼ਰੂਰ ਗੱਲ ਕਹਾਂਗਾ ਵਿੱਚ ਦੀ, ਭਾਵੇਂ ਆਪਾਂ ਨੂੰ ਦੁੱਖ ਲੱਗੇ, ਤੁਸੀਂ ਉਹ ਮੌਕਾ ਵੇਖਿਆ ਪਰ ਅਸੀਂ ਨਹੀਂ ਵੇਖਿਆ, ਨਿਆਣੇ ਸੀ ਉਦੋਂ 95-96 ਦੇ ਦੌਰ ਵਿੱਚ ਨੌਜਵਾਨਾਂ ਨੂੰ ਚੱਕਿਆ ਜਾਂਦਾ ਸੀ, ਨਹਿਰਾਂ ਨਹਿਰਾਂ ਸੂਇਆਂ ਦੇ ਕਿਨਾਰੇ ਤੇ ਖੜਾ ਕੇ ਗੋਲੀਆਂ ਮਾਰੀਆਂ ਜਾਂਦੀਆਂ ਸੀ। ਤੇ ਤੁਸੀਂ ਜਿੰਨੇ ਨੌਜਵਾਨਾਂ ਨੂੰ ਚੱਕ ਕੇ ਮਾਰੋਗੇ ਨਾ, ਆਰਡਰ ਇਹ ਸੀ ਤੇ ਤੁਹਾਡੇ ਓਡੀ ਇੱਥੇ ਫੀਤੇ ਲੰਮੇ ਹੋਣਗੇ, ਤੁਹਾਡੀਆਂ ਫੀਤੀਆਂ ਨਾ ਵੱਧ ਜਾਣਗੀਆਂ, ਤੁਹਾਡੇ ਸਟਾਰ ਵੱਡੇ ਵੱਡੇ ਲੱਗਣਗੇ, ਜਿੰਨੇ ਮਰਜ਼ੀ ਨੌਜਵਾਨ ਮਾਰਿਓ, ਖੁੱਲੀ ਛੁੱਟੀ ਆ। ਸਾਡੇ ਆਪਦਿਆਂ ਨੇ ਹੀ ਸਾਡੇ ਆਪਦੇ ਨੌਜਵਾਨਾਂ ਨੂੰ ਚੁੱਕ ਚੁੱਕ ਕੇ ਮਾਰਨਾ ਸ਼ੁਰੂ ਕਰ ਦਿੱਤਾ। ਕਿਤੇ ਉਹ ਚੀਜ਼ ਅੱਜ ਤਾਂ ਨਹੀਂ ਚੱਲਦੀ ਗੀ, ਕਿਸੇ ਰੂਪ ਚ ਚੱਲ ਰਹੀ ਆ। ਨੌਜਵਾਨਾਂ ਨੂੰ ਚੱਕੋ, ਉਹ ਬਿਮਾਰੀ ਦਾ ਡਰ ਪਾਉਣਾ, ਪਰਿਵਾਰ ਨੂੰ ਵੀ ਡਰਾਉਣਾ, ਤੇ ਤੁਹਾਨੂੰ ਵੱਡੇ ਵੱਡੇ ਆਫਰ ਦਿੱਤੇ ਜਾਣਗੇ। ਜੇ ਤੁਸੀਂ ਅੱਜ ਆਸ਼ਾ ਵਰਕਰ ਹੋ ਨਾ, ਜੇ ਤੁਸੀਂ ਅੱਜ ਛੋਟੀ ਡਿਊਟੀ ਕਰਦੇ ਹੋ ਨਾ, ਤੇ ਕੱਲ ਨੂੰ ਤੁਹਾਨੂੰ ਵੱਡੇ ਡਾਕਟਰ ਬਣਾ ਦਾਂਗੇ, ਜਿੰਨੇ ਮੁੰਡੇ ਲਿਆਓਗੇ ਓਡੀਆਂ ਤੁਹਾਡੀਆਂ ਡਿਗਰੀਆਂ ਵੱਡੀਆਂ ਕਰ ਦਾਂਗੇ। ਇਹ ਰੂਪ ਬਦਲ ਗਿਆ, ਚੀਜ਼ ਉਹੀ ਹੈਗੀ, ਪਰ ਚੇਤਾ ਰੱਖਿਓ ਜਦੋਂ ਆ ਕੇ ਉਹਨਾਂ ਨੇ ਇਸ ਤਰ੍ਹਾਂ ਦੀ ਸਾਨੂੰ ਗੱਲ ਕਹਿ ਦਿੱਤੀ ਵੀ ਤੈਨੂੰ ਆਹ ਬਿਮਾਰੀ ਹੈ ਜਿਹੜੀ ਅੱਜ ਚੱਲਦੀ ਆ, ਸੱਚ ਜਾਣਿਓ ਸਾਡੇ ਗੁਆਂਢੀ ਵੀ ਪਾਸਾ ਵੱਟ ਜਾਂਦੇ ਨੇ। ਜਿਹੜੇ ਕਹਿੰਦੇ ਆ ਨਾ ਬਸ ਤੇਰੇ ਜਦੋਂ ਬਿਪਤਾ ਪਈ ਤੇਰੇ ਨਾਲ ਖੜੇ ਆ, ਪਾਸਾ ਵੱਟ ਜਾਂਦੇ ਨੇ, ਕੋਈ ਨਹੀਂ ਖੜਦਾ ਗਾ। ਇਹ ਬਾਬਾ ਨਾਨਕ ਤੇ ਬਾਬੇ ਨਾਨਕ ਦਾ ਸਿੱਖ ਆ ਜਿਹੜਾ ਬਰੋਬਰ ਜਾ ਖੜ ਜਾਂਦਾ। ਕੋਈ ਨਾ ਜਿਹੜੀ ਬਿਮਾਰੀ ਤੈਨੂੰ ਆ ਨਾ ਮੈਨੂੰ ਲੱਗ ਜਾਵੇ ਕੋਈ ਡਰ ਨਹੀਂ, ਪਰ ਮੈਂ ਜਿੱਥੋਂ ਤੱਕ ਬਾਹ ਲੱਗੀ ਤੇਰੀ ਜਾਨ ਬਚਾਵਾਂਗਾ। ਇਹ ਪੁਆਇੰਟ ਗੁਰੂ ਨਾਨਕ ਸਾਹਿਬ ਦਾ ਤੇ ਗੁਰੂ ਨਾਨਕ ਸਾਹਿਬ ਨੇ ਪ੍ਰੇਮੇ ਕੋੜੀ ਨੂੰ ਜਾ ਕੇ ਜੱਫੀ ਪਾਈ ਸੀ, ਤੇ ਜਿਹਨੂੰ ਪਤਨੀ ਵੀ ਕਹਿੰਦੀ ਹੈ ਘਰੋਂ ਨਿਕਲ ਜਾ ਤੇ ਘਰੋਂ ਬਾਹਰ ਛੱਡ ਆਉਂਦਾ ਸੀਗਾ, ਤੇ ਬਾਬੇ ਨਾਨਕ ਨੇ ਪਹਿਲੀ ਵਾਰ ਉੱਥੇ ਜਾ ਕੇ ਇੱਕ ਕੋੜੀ ਦਾ ਭਲਾ ਕਰਨ ਦਾ ਯਤਨ ਕੀਤਾ ਵੀ, ਐਸੀ ਗੱਲ ਨਹੀਂ ਵੀ ਨਹੀਂ ਕੀਤਾ ਗਾ। ਤੇ ਇਹੀ ਰੂਪ 8ਵੇਂ ਜਾਮੇ ਦੇ ਵਿੱਚ ਜਾ ਕੇ ਦਿੱਲੀ ਵਿੱਚ ਕਿਵੇਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਕੋੜੀਆਂ ਦਾ ਇਲਾਜ ਕੀਤਾ, ਤੇ ਖੁਦ ਆਪ ਗੁਰੂ ਪਾਤਸ਼ਾਹ ਦੀ ਆਪਣੇ ਹੱਥਾਂ ਦੇ ਨਾਲ ਦਵਾਈ ਦਿੰਦੇ ਆ, ਆਪਣੇ ਹੱਥਾਂ ਦੇ ਨਾਲ ਉਹਨਾਂ ਦੇ ਵਸਤਰ ਚੇਂਜ ਕਰਦੇ ਨੇ, ਉਹਨਾਂ ਦੀ ਸਾਂਭ ਸੰਭਾਲ ਕਰਦੇ ਨੇ। ਆਖਿਰਕਾਰ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਮੈਲੇ ਬਰਤਨ ਨੂੰ ਚੁੱਕਿਆ, ਮੇਰੇ ਕਹਿਣ ਤੋਂ ਮੁਰਾਦ ਇਹ ਆ ਉਹ ਮੈਲੇ ਭਾਂਡੇ ਨੂੰ ਚੁੱਕਿਆ, ਤੇ ਚੁੱਕ ਕੇ ਇੰਨਾ ਕੁ ਸਾਫ਼ ਕਰ ਦਿੱਤਾ, ਉਹਨੂੰ ਪਿੰਡ ਵੜਦਾ ਕਰ ਦਿੱਤਾ, ਉਹਨੂੰ ਘਰੇ ਵੜਦਾ ਕਰ ਦਿੱਤਾ, ਇੰਨਾ ਸਾਫ਼ ਕਰਤਾ ਬਾਬੇ ਨਾਨਕ ਨੇ ਉਹ ਭਾਂਡਾ। ਇੱਕ ਨਹੀਂ ਅਜਿਹੇ ਭਾਂਡੇ ਅਨੇਕ ਬਾਬੇ ਨਾਨਕ ਨੇ ਸਾਫ਼ ਕੀਤੇ ਆ। ਕੀ ਨੂਰ ਸ਼ਾਹ ਜਾਦੂ ਜਾਦੂਗਰ ਨਹੀਂ ਵਰਗੀਆਂ ਜਿਨ੍ਹਾਂ ਨੇ ਪਿੰਡ ਦੇ ਵਿੱਚੋਂ ਦਾਗ ਲਾ ਦਿੱਤਾ ਸੀਗਾ ਵੀ ਨਹੀਂ ਇਹ ਔਰਤ ਬੁਲਾਉਣ ਯੋਗ ਨਹੀਂ ਹੈ, ਤੇ ਆਪਣੇ ਘਰਾਂ ਵਿੱਚ ਵੀ ਕੋਈ ਇੱਦਾਂ ਦੀ ਪਿੰਡ ਵਿੱਚ ਨਗਰ ਵਿੱਚ ਗੱਲਬਾਤ ਹੋਵੇ ਨਾ ਤੇ ਆਪਣਾ ਵੀ ਸਾਰਾ ਸਰੀਕਾ ਕਬੀਲਾ ਬੁਲਾਉਣੋਂ ਹਟ ਜਾਂਦਾ। ਨਹੀਂ ਭਰਾਵੋ, ਇਹਨੂੰ ਕਿੱਥੇ ਬੁਲਾਵਾਂਗੇ ਆਪਾਂ, ਇੱਦਾਂ ਦਾ ਇਹਦਾ ਪਰਿਵਾਰ ਦਾ ਸੰਬੰਧ ਗੰਦਾ ਗਾ, ਘਟੀਆ ਗਾ, ਭਾਂਡਾ ਮੈਲਾ ਹੋ ਚੁੱਕਿਆ ਗਾ। ਤੇ ਪਰ ਬਾਬੇ ਨਾਨਕ ਨੇ ਉਹਨਾਂ ਨੂੰ ਚੁੱਕ ਲਿਆ, ਕੌਡੇ ਭੀਲ ਵਰਗੇ ਜਿਨ੍ਹਾਂ ਨੂੰ ਮੌਕੇ ਦੇ ਲੋਕਾਂ ਨੇ ਰਾਸ਼ਕ ਦਾ ਨਾਮ ਦਿੱਤਾ ਗਾ, ਤੇ ਉਹਨਾਂ ਨੂੰ ਇੰਨਾ ਕੁ ਲੋਕਾਂ ਨੇ ਬਦਨਾਮ ਕੀਤਾ ਵੀ ਉਹਨਾਂ ਦੀ ਮੱਤ ਮੈਲੀ ਕਰੀ ਵੀ ਆ ਤੇ ਹੋ ਵੀ ਗਈ, ਤੇ ਉਹਨਾਂ ਨੂੰ ਪਿੰਡ ਤੋਂ ਬਾਹਰ ਆਪਣੇ ਵੱਲੋਂ ਗੰਦੇ ਕੰਮ ਕਰਨ ਦੇ ਲਈ ਲੋਕਾਂ ਨੇ ਮਜਬੂਰ ਕੀਤਾ, ਆਪ ਨੀ ਲੋਕਾਂ ਨੇ ਮਜਬੂਰ ਕੀਤਾ। ਤੇ ਹੁਣ ਉਹ ਮੈਲੇ ਭਾਂਡੇ ਜਿਹੜੇ ਐਡੇ ਐਡੇ ਭੈੜੇ ਨੇ ਜਿਨ੍ਹਾਂ ਨੂੰ ਕੌਡਾ ਰਾਸ਼ਕ ਦੇ ਨਾਮ ਨਾਲ ਜਾਣਿਆ ਜਾਂਦਾ, ਪਰ ਬਾਬੇ ਨਾਨਕ ਨੇ ਉਹ ਰਾਕਸ਼ਾਂ ਤੋਂ ਬੰਦੇ ਬਣਾਏ ਨੇ ਭਾਈ, ਭਾਂਡੇ ਸਾਫ਼ ਕਰ ਕਰਕੇ ਨਾ ਪਿੰਡ 'ਚ ਵਾੜ ਦਿੱਤੇ, ਆਓ ਤੁਸੀਂ ਆਪਣੇ ਘਰਾਂ 'ਚ ਵਾੜੋ। ਆਪਣੀ ਗੱਲ ਸੀ ਘਰ ਵਿੱਚ ਭਾਂਡਾ ਮੈਲਾ ਹੋ ਗਿਆ,
ਆਪਾਂ ਇੰਨਾ ਮੈਲਾ ਹੋ ਗਿਆ ਚੁੱਕ ਕੇ ਬਾਹਰ ਧਰ ਦਿੱਤਾ ਵੀ ਨਹੀਂ ਵਰਤਣਾ ਤੇ ਪਰ ਇੱਕ ਸਿਆਣਾ ਕੋਈ ਬਜ਼ੁਰਗ ਮਾਂ ਬਜ਼ੁਰਗ ਬਾਪੂ ਆ ਉਹ ਕਹਿੰਦਾ ਕੋਈ ਨਾ ਇਹ ਭਾਂਡੇ ਨੂੰ ਸਿੱਟੋ ਨਾ ਤੇ ਇਹ ਭਾਂਡੇ ਤੋਂ ਕੰਮ ਮੈਂ ਲੈ ਲਵਾਂਗਾ ਮੇਰੇ ਕੋਲੇ ਤਰੀਕਾ ਹੈਗਾ ਗਾ ਇਹ ਬਾਬਾ ਨਾਨਕ ਉਹ ਸਾਡੇ ਘਰ ਦਾ ਸਿਆਣਾ ਬਜ਼ੁਰਗ ਹੈ ਜਿਹੜਾ ਸਾਡੇ ਮਨ ਜਾਂ ਤਨ ਕਰਕੇ ਅਸੀਂ ਮੈਲੇ ਹੋਏ ਪਏ ਨਾ ਤੇ ਸਾਡੇ ਮੈਲੇ ਬਰਤਨਾਂ ਨੂੰ ਸਾਫ਼ ਕਰਕੇ ਦੁਆਰਾ ਪਿੰਡ ਵਿੱਚ ਘਰ ਵਿੱਚ ਨਗਰ ਚ ਵਰਤਣ ਯੋਗ ਕਰ ਦਿੰਦਾ ਗਾ ਇਹ ਉਹ ਬਾਬਾ ਨਾਨਕ ਦਾ ਭਰੀਐ ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ ਫਿਰ ਗੁਰੂ ਸਾਹਿਬ ਜੀ ਨੇ ਕਿਹਾ ਨਾ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਇਹ ਬਾਬੇ ਨਾਨਕ ਨੇ ਉਪਦੇਸ਼ ਦਿੱਤਾ ਭਾਈ ਇੱਦਾਂ ਗੁਰੂ ਦੇ ਨਾਮ ਰਾਹੀਂ ਤੇਰੀ ਜਿਹੜੀ ਮਤ ਆ ਨਾ ਉਹ ਸਾਫ਼ ਹੋ ਜਾਵੇਗੀ ਪਾਤਸ਼ਾਹ ਨੇ ਸੂਹੀ ਰਾਗ ਦੇ ਵਿੱਚ ਵੀ ਜ਼ਿਕਰ ਕੀਤਾ ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ ਭਾਂਡਾ ਅਤੀ ਮਲੀਨ ਹੈ ਧੋਤਾ ਹੱਛਾ ਨਾ ਹੋਏ ਸੀ ਪਰ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਕਹਿੰਦੇ ਜੇ ਇਹੀ ਭਾਂਡਾ ਕਿਸੇ ਸਿਆਣੇ ਕੋਲੇ ਗੁਰੂ ਕੋਲੇ ਆ ਗਿਆ ਨਾ ਜਿਹਦੀ ਗੱਲ ਆਪਾਂ ਹੁਣ ਕਰ ਰਹੇ ਹਾਂ ਸਾਹਿਬ ਸੋ ਸਲਾਹੀ ਹੈ ਜਿਨ ਕਾਰਨ ਕੀ ਆ ਉਹ ਵਾਹਿਗੁਰੂ ਨੂੰ ਸਲਾਹ ਉਹਦੀ ਉਪਮਾ ਉਹਦੀ ਵਡਿਆਈ ਕਰ ਜਿਹੜਾ ਸਲਾਹਣ ਯੋਗ ਹੈ ਤੇ ਜਿਹੜਾ ਪੂਰੇ ਸੰਸਾਰ ਦਾ ਕਰਤਾ ਪੁਰਖ ਹੈ ਉਹਦੀ ਵਡਿਆਈ ਕਰ ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ ਫਿਰ ਪਾਤਸ਼ਾਹ ਜੀ ਕਹਿੰਦੇ ਜਦੋਂ ਉਹ ਗੁਰੂ ਕੋਲੇ ਤੇਰਾ ਸਰੀਰ ਰੂਪੀ ਮਨ ਰੂਪੀ ਭਾਂਡਾ ਚਲਿਆ ਗਿਆ ਨਾ ਉਹਨੇ ਵਰਤਣ ਯੋਗ ਕਰ ਦੇਣਾਗਾ ਇੱਥੇ ਪਾਤਸ਼ਾਹ ਨੇ ਲਿਖਿਆ ਸੀ ਕਹਿੰਦੇ ਮੈਲ ਲਾਗੀ ਮਨ ਮੈਲਿਆ ਕਿਹਨੇ ਅੰਮ੍ਰਿਤ ਪੀਆ ਮੈਂ ਕਿਵੇਂ ਇਸ ਭਾਂਡੇ ਵਿੱਚ ਅੰਮ੍ਰਿਤਮਈ ਬਾਣੀ ਪਵਾ ਸਕਦਾ ਇੰਨੀ ਮੈਲੀ ਹੋ ਚੁੱਕੀ ਹੈ ਮੇਰੀ ਮਤ ਕਿ ਇਹਦੇ ਵਿੱਚ ਅੰਮ੍ਰਿਤਮਈ ਬਾਣੀ ਕਦੇ ਨਹੀਂ ਟਿਕ ਸਕਦੀਗੀ ਪਰ ਜਦੋਂ ਮੈਂ ਗੁਰੂ ਕੋਲ ਆਇਆ ਨਾ ਉਹਨੇ ਸਭ ਤੋਂ ਪਹਿਲਾਂ ਮੇਰਾ ਭਾਂਡਾ ਹੀ ਮਾਂਜਿਆ ਭਾਂਡਾ ਮਾਂਜ ਕੇ ਨਾ ਫਿਰ ਇਹਦੇ ਵਿੱਚ ਅੰਮ੍ਰਿਤ ਪਾਉਣ ਯੋਗਾ ਮੈਨੂੰ ਕਰ ਦਿੱਤਾ ਹੈ ਤੇ ਹੁਣ ਮੈਂ ਇਸ ਮਨ ਰੂਪੀ ਭਾਂਡੇ ਵਿੱਚ ਆਪਣੀ ਬਾਣੀ ਪਾਵਾਂਗਾ ਅੰਮ੍ਰਿਤ ਪਾਵਾਂਗਾ ਤੇ ਉਹ ਅੰਮ੍ਰਿਤ ਦੀ ਮੈਂ ਰੋਜ਼ ਵਰਤੋਂ ਕਰਾਂਗਾ ਜਿਵੇਂ ਜਿਵੇਂ ਮੈਂ ਤੁਰਾਂਗਾ ਨਾ ਉਵੇਂ ਉਵੇਂ ਮੈਂ ਵਰਤੋਂ ਕਰਾਂਗਾ ਕਿਹਨੇ ਅੰਮ੍ਰਿਤ ਪੀਆ ਕੇਵਲ ਉਹ ਗੁਰੂ ਕੋਲੇ ਤਰੀਕਾ ਹੈ ਉਹਨੇ ਮੈਨੂੰ ਕਿਵੇਂ ਅੰਮ੍ਰਿਤ ਪਿਆਉਣਾ ਹੈ ਇੱਕ ਸਾਡਾ ਕੌਮੀ ਅੰਮ੍ਰਿਤ ਜੋ ਪੰਜ ਪਿਆਰਿਆਂ ਪਾਸੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰੀਤ ਮੁਤਾਬਕ ਸਾਨੂੰ ਪ੍ਰਾਪਤ ਹੁੰਦਾ ਹੈ ਜ਼ਰੂਰ ਲੈਣਾ ਚਾਹੀਦਾ ਉਹ ਖੰਡੇ ਕੀ ਪਹੁਲ ਉਹ ਅੰਮ੍ਰਿਤ ਦੀ ਦਾਤ ਉਹਦੇ ਤੋਂ ਬਿਨਾਂ ਅਸੀਂ ਨਗੁਰੇ ਹਾਂ ਗੁਰੂ ਵਾਲੇ ਨਹੀਂ ਹਾਂ ਠੀਕ ਆ ਨਾ ਹੁਣ ਇੱਕ ਵਿਦਿਆਰਥੀ ਆ ਉਹ ਸਕੂਲ ਦੇ ਭਾਵ ਵਿੱਚ ਜਾਂਦਾ ਗਾ ਤੇ ਟੀਚਰਾਂ ਵੱਲੋਂ ਸਾਰਾ ਦਿੱਤਾ ਹੋਇਆ ਜੋ ਵੀ ਕੰਮ ਆ ਨਾ ਉਹ ਕਰਦਾ ਗਾ ਪਰ ਕੀ ਕਹਿੰਦਾ ਟੀਚਰਾਂ ਨੂੰ ਕਹਿੰਦਾ ਮੈਂ ਤੁਹਾਡੇ ਮੁਤਾਬਕ ਨਾ ਕਹਿਣ ਤੇ ਮੈਂ ਆਪਣੀ ਵਰਦੀ ਨਹੀਂ ਪਾਉਣੀਗੀ ਉਦਾਂ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨੂੰਗਾ ਕੋਈ ਗੱਲ ਨਹੀਂ ਤੇ ਟੀਚਰ ਇਹ ਗੱਲ ਕਹਿਣਗੇ ਨਹੀਂ ਬੇਟਾ ਤੈਨੂੰ ਵਰਦੀ ਤਾਂ ਪਾਉਣੀ ਪਊਗੀ ਜੇ ਤੂੰ ਵਰਦੀ ਨਹੀਂ ਪਾਵੇਂਗਾ ਨਾ ਤਾਂ ਤੂੰ ਸਾਡੇ ਸਕੂਲ ਦਾ ਹਿੱਸਾ ਨਹੀਂ ਬਣ ਸਕਦਾ ਭਾਵੇਂ ਉਦਾਂ ਆਪਾਂ ਸਾਰਾ ਕੁਛ ਕਰੀ ਜਾਈਏ ਪਰ ਜਿੰਨਾ ਟਾਈਮ ਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਵਰਦੀ ਨਹੀਂ ਪਾਵਾਂਗੇ ਪੰਜ ਕਕਾਰ ਉਹਨਾਂ ਟਾਈਮ ਅਸੀਂ ਗੁਰੂ ਨਾਨਕ ਦੇ ਘਰ ਦੇ ਸਕੂਲ ਦੇ ਵਿਦਿਆਰਥੀ ਨਹੀਂ ਬਣ ਸਕਦੇ ਹਾਂ ਹੈਗੇ ਜ਼ਰੂਰ ਹਾਂ ਪਰ ਕਰਦੇ ਸਭ ਕੁਛ ਹਾਂ ਪਰ ਅਸੀਂ ਵਿਦਿਆਰਥੀ ਤਦ ਕਹਾ ਸਕਦੇ ਹਾਂ ਜੇ ਵਰਦੀ ਪਾਵਾਂਗੇ ਇਸ ਕਰਕੇ ਸਾਨੂੰ ਖੰਡੇ ਕੀ ਪਹੁਲ ਅੰਮ੍ਰਿਤ ਦੀ ਦਾਤ ਉਹ ਵੀ ਪੰਜ ਪਿਆਰਿਆਂ ਪਾਸੋਂ ਲੈਣੀ ਚਾਹੀਦੀ ਹੈ ਦੂਜਾ ਅੰਮ੍ਰਿਤ ਹੈ ਆਪਾਂ ਕਈ ਵਾਰੀ ਸੁਣਿਆ ਭੋਜਨ ਨੂੰ ਵੀ ਗੁਰੂ ਪਾਤਸ਼ਾਹ ਨੇ ਅੰਮ੍ਰਿਤ ਕਿਹਾ ਜਿਹ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਹੀ ਉਹਨੂੰ ਵੀ ਅੰਮ੍ਰਿਤ ਕਿਹਾ ਫਿਰ ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੈ ਹਰ ਆਗੈ ਧਰੀ ਦੁੱਧ ਨੂੰ ਵੀ ਅੰਮ੍ਰਿਤ ਕਿਹਾ ਗੁਰੂ ਨੇ ਚਲੋ ਵੱਖ ਵੱਖ ਨਾਮ ਦਿੱਤੇ ਨੇ ਵੱਖੋ ਵੱਖਰੇ ਪਦਾਰਥਾਂ ਦੇ ਕੱਪੜੇ ਨੂੰ ਵੀ ਅੰਮ੍ਰਿਤ ਕਿਹਾ ਗਾ ਤੇ ਇੱਕ ਅੰਮ੍ਰਿਤ ਬਾਣੀ ਹੈ ਉਹ ਸਭ ਤੋਂ ਸਿਰੇ ਦਾ ਅੰਮ੍ਰਿਤ ਆ ਗਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਿਹੜੀ ਮਰੇ ਹੋਏ ਬੰਦੇ ਚ ਜਾਨ ਪਾ ਦਿੰਦੀ ਆ ਮਰੇ ਤੋਂ ਭਾਵ ਜਿਹੜਾ ਬੰਦਾ ਜ਼ਮੀਰ ਕਰਕੇ ਮਰ ਗਿਆ ਤੇ ਗੁਰੂ ਕੋਲੇ ਆਵੜਿਆ ਤੇ ਗੁਰੂ ਵੱਲੋਂ ਐਸੀ ਕਿਰਪਾ ਹੁੰਦੀ ਆ ਉਸ ਬੰਦੇ ਦੀ ਜ਼ਮੀਰ ਜਾਗ ਪੈਂਦੀ ਆ ਚਲੋ ਪਾਤਸ਼ਾਹ ਜੀ ਕਹਿੰਦੇ ਫਿਰ ਕਿਹਨੇ ਅੰਮ੍ਰਿਤ ਪੀਆ ਮਤ ਅੰਮ੍ਰਿਤ ਪੀਆ ਇਹ ਮਨ ਦੀਆ ਗੁਰ ਪੈ ਮੋਲ ਕਰਾਇਆ
मथ मथ तो भाव हुंदा रिड़कना मथना। ते गुरु पाशाह ने जदों मेरे ते बख्शिश की ना मैं गुरु का उपदेश अपने हिरदे रूपी भांडे च पा लिया। हिरदे रूपी रिड़कने च मैं ये गुरु की पावन बाणी का उपदेश पा लिया। ते उदू बाद मैनू गुरु ने रिड़कण का तरीका दसता भी रिड़क ला कला पाई ना रखी फिर हंकारी बन देगा। ये तो कम ले हुण गुरु नानक साहब जी का तीजा रूप जां दूजा रूप चौथा रूप जिहड़े मर्जी रूप की गल कर लो उस रूप दे विच गुरु नानक साहब ने बड़ी मनुखता दी ते गुरु नानक दे घर दी सेवा कीती। केवल जे सेवा तक ही रह जांदे तां अगे वाधा नहीं सी होना विकास नहीं सी होना अगे बदना तो पौगा ना पर सेवा तो सिमरन गुरबाणी गुरबाणी दी विचार उदू उपर खुद जाके आप करता पुरख बन गए सच्चा पातशाह दा रूप ले गए। भाव जे हुण साढ़े हिरदे रूपी भांडे च ना दुध है वह दही दे विच बदल गया पर उहनू रिड़किया नहीं मथिया नहीं है तां उहदा कोई फायदा नहीं। जे हुण अपने घर विच ना रिड़कना भरिया दही दा पिया गा दुध नूं आपां जमाया सी रिड़कना दही दा भरिया पिया ते सानूं इस गल दा हंकार आ जी मेरे कोल तां रिड़कना दही दा भरिया पिया पर उह किस लेखे है पर उह तों जे कम लैणा रिड़कना पवेगा। रिड़क के मक्खण मक्खण तों घिओ ते उह घिओ ने अनेकां तेरे घर विच कम करने ने। इदा गुरबाणी अंदर रखनी नहीं इनू रिड़कना गा ते ओ साडे दुनिया विच बड़े लोग ने जिहड़े गुरबाणी नू अंदर रखी तां बैठे ने ते अगों पता की कहिंदे ने चलो आपां की लैणा छड्डो खड़ा। जिने इह गल कह दित्ती मन लो उहने जे मधाणी पाई नहीं है ते जिने मधाणी पाली फिर ओ भाई मक्खण मक्खण तों घिओ भाव तत् रस फिर अगे घिओ बंडना शुरू कर दिंदा फिर ओही मखणी तों बाद घिओ दे रूप च जो पदार्थ बनिया चमचा चमचा सारे टब्बर दे मूंह विच पिया। कोई होर भी आ गया ना राहगीर ओहदे मूंह विच भी ओह चमचा पै गया ते ओदां जे पिया रहिंदा तां पिया रहिंदा। इवें जिवें गुरु पातशाह जी कहिंदे फिर अपने अंदर गुरबाणी रूपी अमृत नूं पा के उदू बाद रिड़क भाई मथ। फिर इत्थे पातशाह जी कहिंदे ने कहिंदे मथ अमृत पिया इह मन दिया फिर सानूं अकल आऊगी भी इह जिहड़ा मन रूपी है ना साडा अंदर दा इक गुरु पातशाह ने बख्शिश कीता होया हिस्सा इह असीं गुरु नूं सौंपणा मन दिया फिर असी मन देवांगे। जिन्ना टाइम उस अंदर पए शब्द नूं रिड़कदे नहीं उन्ना टाइम असी अपना मन गुरु नूं दे नहीं सकदे उन्ना टाइम असी मन अपना गुरु नूं दे सकदे। उन्ना टाइम असी कहांगे मन मेरा ते जिवें मेरा मन कहो मैं उवें करूंगा ते जदों मन गुरु नूं दे दित्ता ते फिर जिवें गुरु कहूगा मैं उवें करूंगा इह इत्थों सिद्ध हुंदागा। हुण गुरु साहब जी की कहिंदे ने कहिंदे भाई मन अपना जिहड़ा है वह मालक परमेश्वर परमात्मा नूं सौंप दे मेरा मुझ मैं किछ नहीं जो किछ है सो तेरा तेरा तुझ को सौंप ते क्या लागै मेरा। अगे पासे जिक्र करदे ने मत अमृत पिया ये मन दिया गुर पै मोल कराया गुरु ने हुण मैनूं दस दिता ते तू किन्ना क महंगा अपनी आरंभता कित्थों हुई सी मक्खण शाह लवाने हुण मक्खण शाह लवाना अमीर बहुत आ ये मक्खण शाह लवाना ना लखी शाह वणजारे दे परिवार चों चेता रखियो उत्थे जाके किते ना किते रिश्ता जुड़दा वह दिल्ली का बहुत अमीर व्यक्ति है। देखो गुरु कोले किन्ने सिख अमीर ने पर उन्हां अंदर अमीरी की आकड़ नहीं है ते अज साडे समाज विच किहो जिहा पाखा साडे च आकड़ बहुत आ कोई भी है चाहे तुसीं हो चाहे मैं आ साडे कोले आकड़ आ जिहड़ी ओह बहुत ज्यादा आ पर यह मक्खण शाह जां लखी शाह वर्गे जो एडे एडे तनाड़ उन्हां टाइमां दे विच अमीरां पुरखां दे विच आउंदे ने पर इन्हां कोल रत्ती भर भी हंकार नहीं रत्ती भर भी ताइयों गुरु दे चरणां विच इह अपना आपा दे के ना लेखे विच अपनी जिंदगी पा गए मतलब इन्हां दा जीवन लेखे विच लग गया। ते नहीं तां मौके दे पक्ष ते आपां होर भी देख सकदे जिहड़े बड़े अमीर लोग ने पर उह गुरु तों दरफिटे मूंह लै गए कुछ प्राप्त नहीं कर सके इसे हंकार च आफड़ के मर गए।
पर ये वो लोग ने अमीर होने के बावजूद भी इन्ने गरीब ने मन करके चलो वाहगुरु भला करे। पातशाह जी इत्थे जिक्र करते ने कहिंदे फिर सानू भाई अकल आ जाएगी कि इत्थे मेरा तो कुछ भी नहीं है, जो कुछ है वह वाहगुरु जी का ही है। वह वाहगुरु जी ने ना साढ़े दिमाग की एक वाल वर्गी बरीक नाड़ भी इं कह लो ना कि तो टुकती सारे का सारा शरीर है जिहड़ा अपसैट हो जाएगा। बस ये इन्नी काफी हैगा ते नाड़ा नूं कायम रखण वाला वो आप आ, दिमाग नूं चलाउण वाला ते दिमाग नूं डेड करण वाला भी वो आप आ। इस गल दा हंकार कदे भी ना करिए। फिर पातशाह जिक्र करदे ने कहिंदे आप नड़ा प्रभ सहज पछाता जा मन साचै लाया। कहिंदे ओ वाहिगुरु ने हुण मैनूं अपना आपा पछाण करण दी जुगती दस दित्ती ते हुण मैं अपने आपे दी पछाण कर ली। तू कौन है, कित्थों आया, की करन वास्ते आया, इस गल दी मैनूं बिड़क लग गई। लास्ट विच गुरु साहब जी कहिंदे ने तिस नाल गुण गावां जे तिस भावां क्यों मिलै होए पराया। कहिंदे जिहदे नाल मिल के मैं गुण गाउंदा हां ना ओह मेरा आपदा ही आ, जिहड़ा मेरा आपदा गा इहदा मैनूं पता होण लग्या, पहला मैनूं पता नहीं सी लग्या गा। बाकी सारा कुछ ना बगाना एक गुरु गुरु दा शब्द परमात्मा यह साडा आपदा गा। तो हुण देखो किन्नी संगत केवल इत्थे नहीं दरबार साहब हरिमंदर साहब वल निगाह मार लो, तख्त ने साडे किन्ने इतिहासक स्थान ने निगाह मार के वेखो इत्थे की गरीब की अमीर सब आउंदे ना ते सब नूं माण है इस गल दा भी मेरा गुरु आ। ते जे ये गुरु ना किसी एक दा होवे ते एक वाला खंगल ना दे भी खबरदार जे मेरे घरे दिली तो अंदर पैर धरेगा। बाली गल तो छड्डो, लस्सी की किड्डी गल आ, जल की किन्नी गल आ गई ना, तो वह तो बंदे का अपना हक होंदा, मेरा नलका मेरी मोटर मेरा पानी मैं तेनू क्यों पियावां। ते गुरु ते एक आम का भी हक आ ते एक खास का भी हक आगा। ये साडा आपदा तां ही हक आ, ते जे साडा आपदा ना ना हुंदा फिर साडा हक नहीं हुंदा। कई बार आपां कहिंदे गुरु कड़ा तेरे प्यो दा जां गुरु घर कड़ा तेरे प्यो दा, भाई सब दा सांझा ही आ, एक दा नहीं है। इसे करके सिद्ध की हुंदा भी जिहड़ा साडा आपदा सी ना कदे असी उहनूं अपना बणाया ही नहीं है, कदे नूं अपना दिल दे विचों बना के वेख लईए ना। फिर पातशाह जी कहिंदे जिंदगी कुछ होर है। फिर पातशाह जी जिक्र करदे ने लास्ट दे विच कहिंदे भाई उहनूं सलाहिया कर जिहड़ा तेरा आवदा है। आरंभ तां कित्थों होई सी, साहिब सो सलाही है जिन कारण किया, उहनूं सलाहिया कर उहदी वडियाई करिया कर जिहड़ा तेरा आवदा है। लास्ट विच फिर गुरु साहिब ने यही गल लिख दित्ती कहिंदे साहिब सो सलाही है जिन जगत उपाया। पहला लिखिया सी जिन कारण किया, कारण की तो भाव जी ने जगत बनाया, लास्ट सीधा डायरेक्ट लिख दिता साहिब सो सलाही है जिन जगत उपाया। जिस परमात्मा ने पूरे जगत की रचना की है उस वाहिगुरु नु सलाहिया कर भाई, किसी होर ऐरे गैरे नु ना सलाहिया कर। एक मैं छोटी जी गल कह के समाप्ति करा, अपने एक बंद की एक अपने पदे की विचार होगी संखेप दे विच। जो धन गुरु ग्रंथ साहिब महाराज जी का ना स्वरूप 30 रागां दे विच पंचम पातशाह धन गुरु अर्जन देव महाराज ने रामसर सरोवर के कंढे ते ना लिखवा लिया, भाई बन्नो वर्गियां दी स्याही बनाउण ते ड्यूटी लगी हुई आ ते कलमा घड़न ते ड्यूटी लगी हुई आ ते भाई गुरदास दी लिखण ते ड्यूटी लगी हुई आ। ते हुण तुसीं कमाल सारे देखो भाई बन्नो कड्डा दिमाग वाला होगा है ना, ते पहली वीड जिहड़ी गुरु ग्रंथ साहिब दी लिखी गई है ना ते चेता रखियो उहदे विच किते वी स्याही फिक्की नहीं है। ਵਿਦਾ ਨਹੀਂ ਹੈ ਵੀ ਕੰਮ ਕਰਦਿਆਂ ਕਰਦਿਆਂ ਥੋੜਾ ਜਿਹਾ ਸਿਆਹੀ ਚ ਫਿੱਕਾ ਪਾਣਾ ਗਿਆ ਤੇ ਬੜੇ ਸੋਹਣੇ ਢੰਗ ਨਾਲ ਸਿਆਹੀ ਤਿਆਰ ਕੀਤੀ ਆ। ਤਾਂਬੇ ਦੇ ਭਾਂਡੇ ਵਿੱਚ ਵਿੱਚ ਸੋਨੇ ਦੀਆਂ ਪੱਤਰੀਆਂ ਪਾ ਕੇ ਤੇ ਵਿੱਚ ਨਿੰਮ ਕੁੱਟ ਕੁੱਟ ਕੇ ਰਲਾਇਆ ਹੋਇਆ, ਕੁੜੱਤਣਦਾਰ ਪਦਾਰਥ ਵਿੱਚ ਪਾਏ ਹੋਏ ਨੇ। ਕਿਉਂ? ਕਿਉਂਕਿ ਕੱਲ ਨੂੰ ਕਿਤੇ ਸਿਆਹੀ ਖਰਾਬ ਨਾ ਹੋ ਜੇ। ਫਿਰ ਉਹ ਸਿਆਹੀ ਬਣਾਉਣ ਦੀ ਵਿਧੀ ਪੁਰਾਣੀਆਂ ਬੀੜਾਂ ਦੇ ਪਿੱਛੇ ਲਿਖੀ ਹੋਈ ਆ, ਪਰ ਅੱਜ ਉਹ ਪੁਰਾਣੀਆਂ ਬੀੜਾਂ ਕਿਤੇ ਕਿਤੇ ਰਹਿ ਗਈਆਂ। ਤੇ ਨਹੀਂ ਤਾਂ ਜ਼ਿਆਦਾਤਰ ਸਾਡੇ ਦਿਮਾਗ 'ਚ ਹੁੰਦਾ ਚਲੋ ਜੀ ਬੀੜ ਪੁਰਾਣੀ ਹੈ ਤੇ ਇਹਨੂੰ ਲੈ ਕੇ ਚੱਲੋ ਗੋਬਿੰਦਵਾਲ ਸਾਹਿਬ ਤੇ ਉੱਥੋਂ ਆਪਾਂ ਨਵੀਆਂ ਲੈ ਕੇ ਆਵਾਂਗੇ।
ਤੇ ਕਾਸ਼ ਕਦੇ ਸਾਡੇ ਦਿਮਾਗ ਦੇ ਵਿੱਚ ਇਦਾਂ ਦਾ ਖਿਆਲ ਬਣ ਜਾਵੇ ਵੀ ਨਹੀਂ ਜੋ ਸਾਡੇ ਕੋਲੇ ਕੁਛ ਹੈ ਪੁਰਾਤਨ ਖਜ਼ਾਨਾ ਨਾ ਉਹਨੂੰ ਸੰਭਾਲ ਲਈਏ। ਸਿਆਹੀ ਬਣਾਉਣ ਦੀ ਵਿਧੀ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਲਿਖੀ ਹੁੰਦੀ। ਚਲੋ ਜਿਹੜੀ ਆਪਾਂ ਗੱਲ ਕਹਿਣੀ ਆ, ਭਾਈ ਗੁਰਦਾਸ ਨੇ ਲਿਖੀ ਹੈ ਸਾਰੀ ਬੇਟਾ 30 ਰਾਗਾਂ ਦੇ ਵਿੱਚ। ਪਹਿਲੇ ਪਾਤਸ਼ਾਹ ਦੀ ਬਾਣੀ, ਭਗਤਾਂ ਦੀ ਬਾਣੀ ਗੁਰੂ ਅੰਗਦ ਸਾਹਿਬ ਕੋਲੇ ਆਈ, ਗੁਰੂ ਅੰਗਦ ਸਾਹਿਬ ਦੀ ਬਾਣੀ ਗੁਰੂ ਅਮਰਦਾਸ ਮਹਾਰਾਜ ਕੋਲ ਭਗਤਾਂ ਦੀ ਬਾਣੀ ਸਮੇਤ, ਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਗੁਰੂ ਰਾਮਦਾਸ ਮਹਾਰਾਜ ਕੋਲ, ਤੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਭਗਤਾਂ ਦੇ ਸਮੇਤ ਬਾਣੀ ਪੰਜਵੇਂ ਪਾਤਸ਼ਾਹ ਕੋਲ ਚਲੀ ਗਈ। ਤੇ ਪੰਜਵੇਂ ਪਾਤਸ਼ਾਹ ਦੇ ਵੇਲੇ ਜਦੋਂ ਬਾਣੀ ਚਲੀ ਗਈ ਨਾ, ਪਿੱਛੇ ਕੋਈ ਬਾਣੀ ਵਿੱਚ ਰਲਾ ਗੱਡ ਪੈਣ ਦਾ ਖਤਰਾ ਨਹੀਂ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਬੇਦੀ ਤ੍ਰਿਣ, ਫਿਰ ਅੱਗੇ ਆਪਾਂ ਨੂੰ ਪਤਾ ਭੱਲਾ ਗੁਰੂ ਨਾਨਕ ਸਾਹਿਬ ਤੋਂ ਤੀਜਾ ਰੂਪ ਭੱਲੇ ਕੋਲ ਚੋਵਾਂਗਾ, ਤੇ ਚੌਥਾ ਰੂਪ ਸੋਢੀ ਕੋਲ ਚੋਵਾਂ, ਤੇ ਪੰਜਵਾਂ ਰੂਪ ਫਿਰ ਸੋਢੀ ਕੋਲ ਚੋਵਾਂ। ਕਿਉਂ? ਕਿਉਂਕਿ ਪੰਜਵੇਂ ਪਾਤਸ਼ਾਹ ਦਾ ਜਨਮ ਗੁਰੂ ਰਾਮਦਾਸ ਮਹਾਰਾਜ ਦੇ ਘਰ ਹੈਗਾ, ਤੇ ਹੁਣ ਜਿੱਥੇ ਜਾ ਕੇ ਗੜਬੜ ਹੁੰਦੀ ਆ, ਹੁਣ ਗੁਰੂ ਨਾਨਕ ਸਾਹਿਬ ਦੇ ਚੌਥੇ ਪਾਤਸ਼ਾਹ ਦੇ ਘਰ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਜਨਮ, ਤੇ ਉੱਥੇ ਪਿਰਥਗੇ ਦਾ ਜਨਮ ਹੋਇਆ। ਹੁਣ ਵਿਰੋਧ ਤਾਂ ਕਿੱਥੋਂ ਖੜੀ ਹੋਈ ਆ? ਆਪਣੇ ਘਰ 'ਚੋਂ ਖੜੀ ਹੋ ਗਈ। ਤੇ ਉੱਥੇ ਜਾ ਕੇ ਹੁਣ ਆਪਾਂ ਨੂੰ ਪਤਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸੋਚਿਆ ਇਸ ਪਾਵਨ ਬਾਣੀ ਨੂੰ ਨਾ ਮੈਂ ਇਕੱਤਰ ਕਰ ਦੇਵਾਂ। ਸੰਕਲਪ ਧਾਰਿਆ ਆਪਣੇ ਅੰਦਰ, ਦਿਮਾਗ ਦੇ ਵਿੱਚ ਇਹ ਪ੍ਰਕਾਸ਼ ਹੋਇਆ, ਖਿਆਲ ਜਦੋਂ ਬਣਿਆ ਨਾ, ਫਿਰ ਗੁਰੂ ਸਾਹਿਬ ਨੇ ਇੱਕ ਥਾਂ ਚੁਣੀ। ਕਿਹੜੀ ਥਾਂ? ਰਾਮਸਰ ਸਰ ਸਾਹਿਬ ਦਾ ਕੰਢਾ। ਤੇ ਵਾਹਿਗੁਰੂ ਭਲਾ ਕਰੇ, ਖਿਆਲ ਕਰਿਓ ਅੱਜ ਸਾਡੇ ਦਿਮਾਗ 'ਚ ਨਾ ਇੱਕੋ ਹੀ ਗੱਲ ਆ, ਦਰਬਾਰ ਸਾਹਿਬ ਗਏ ਹਾਂ, ਮੱਥਾ ਟੇਕਿਆ, ਵਾਪਸ ਪਰਤ ਆਏ, ਪਰ ਉੱਥੇ ਕਿੰਨਾ ਕੁ ਖਜ਼ਾਨਾ ਸਾਈਡ 'ਤੇ ਪਿਆ ਨਾ, ਉਹਨੂੰ ਕਦੇ ਅਸੀਂ ਵੇਖਿਆ ਨਹੀਂ ਹੈ। ਕੋਈ ਵੀ ਵੀਰ, ਕੋਈ ਭੈਣ, ਕੋਈ ਭਰਾ ਬਿਰਲਾ ਹੋਵੇਗਾ ਜਿਹਨੂੰ ਇਹ ਪਤਾ ਹੋਵੇਗਾ, ਜੱਜਮੈਂਟ ਹੋਵੇਗੀ ਕਿ ਉਹ ਰਾਮਸਰ ਸਰੋਵਰ ਕਿਹੜਾ ਗਾ ਜਿੱਥੇ ਗੁਰੂ ਸਾਹਿਬ ਨੇ ਬਹਿ ਕੇ ਬੀੜ ਲਖਵਾਈ ਆ। ਜ਼ਿਆਦਾਤਰ ਸਾਡਾ ਧਿਆਨ ਨਾ ਜਦੋਂ ਇੱਦਾਂ ਆਪਾਂ ਕਹਾਂਗੇ ਰਾਮਸਰ ਸਰੋਵਰ ਦੇ ਕੰਢੇ 'ਤੇ ਬੈਠ ਕੇ ਲਿਖਾਈ ਆ, ਅਤੇ ਸਾਡਾ ਧਿਆਨ ਜਿੱਥੇ ਦਰਬਾਰ ਸਾਹਿਬ ਬਣਿਆ ਹੋਇਆ ਨਾ ਹਰਿਮੰਦਰ ਸਾਹਿਬ, ਉਸੇ ਸਰੋਵਰ 'ਤੇ ਜਾਵੇਗਾ। ਵੀ ਭਾਵ ਆ ਤਿੰਨ ਬੇਰੀਆਂ ਸਾਈਡ 'ਤੇ ਲੱਗੀਆਂ ਹੋਈਆਂ ਨੇ, ਇਹਨਾਂ ਤਿੰਨਾਂ ਬੇਰੀਆਂ ਦੇ ਇਰਦ ਗਿਰਦ ਬੈਠ ਕੇ ਗੁਰੂ ਸਾਹਿਬ ਨੇ ਬੀੜ ਲਖਵਾਈ ਹੋ, ਪਰ ਨਹੀਂ, ਇਸ ਸਰੂਪ ਨੂੰ ਕਿੱਥੇ ਲਿਖਵਾਇਆ? ਜਿੱਥੇ ਬਾਬਾ ਦੀਪ ਸਿੰਘ ਜੀ ਦਾ ਪਾਵਨ ਅਸਥਾਨ ਹੈ, ਉਹਦੇ ਨਾਲ ਕੰਧ ਸਨ ਰਾਮਸਰ ਸਰੋਵਰ ਦਾ ਕੰਢਾ ਗਾ। ਰਾਮਸਰ ਸਰੋਵਰ ਕਿਉਂ ਕਿਹਾ ਜਾਂਦਾ? ਕਿਉਂਕਿ ਉੱਥੇ ਇੱਕ ਨਿਰਮਲ ਜਲ ਦਾ ਕੁੰਡ ਸੀ, ਮਤਲਬ ਕਿ ਇੱਕ ਨਿਰਮਲ ਜਲ ਵਹਿੰਦਾ ਸੀ, ਸਾਫ਼ ਪਾਣੀ ਸੀ, ਤੇ ਉਹ ਪਾਣੀ ਦਾ ਜਿਹੜਾ ਕਿਨਾਰਾ ਸੀ ਉੱਥੇ ਦਰਖਤਾਂ ਦਾ ਝੁੰਡ ਸੀ ਬਹੁਤ ਵੱਡਾ, ਤੇ ਦਰਖਤਾਂ ਦਾ ਝੁੰਡ ਉਹ ਸੀ ਜਿੱਥੇ ਗਰਮੀ ਦੇ ਵਿੱਚ ਇੱਕ ਏਸੀ ਰੂਮ ਸੀ। ਅੱਜ ਦੇ ਸਮੇਂ ਮੁਤਾਬਕ ਨਾ ਗਰਮੀ ਦੇ ਵਿੱਚ ਏਸੀ ਰੂਮ ਆ, ਤੇ ਸਰਦੀ ਦੇ ਵਿੱਚ ਅੱਤ ਦਾ ਠੰਡਾ। ਤੇ ਗੁਰੂ ਸਾਹਿਬ ਨੇ ਆਪਣੇ ਪਾਵਨ ਸਵਰੂਪ ਨੂੰ ਲਿਖਾਉਣ ਦੇ ਲਈ ਨਾ ਗਰਮੀ ਦੇ ਵਿੱਚ ਉਹ ਥਾਂ ਚੁਣੀ ਜਿੱਥੇ ਜ਼ਿਆਦਾ ਠੰਡ ਨਾ ਹੋਵੇ ਤੇ ਜ਼ਿਆਦਾ ਗਰਮੀ ਨਾ ਹੋਵੇ। ਜ਼ਿਆਦਾ ਠੰਡ ਹੋਈ ਤਾਂ ਆਪਾਂ ਨੂੰ ਪਤਾ ਹੱਥ ਕੰਬੂਗਾ, ਲਿਖਾਈ ਗਲਤ ਹੋ ਜਾਊਗੀ। ਜ਼ਿਆਦਾ ਗਰਮੀ ਹੋਈ ਹੱਥਾਂ ਨੂੰ ਮੁੜਕਾ ਆਊਗਾ ਤੇ ਪੱਤਰੇ ਖਰਾਬ ਹੋਣਗੇ। ਤੇ ਗੁਰੂ ਸਾਹਿਬ ਨੇ ਉਹ ਥਾਂ ਚੁਣੀ ਆ ਜਿੱਥੇ ਇਸ ਤਰ੍ਹਾਂ ਦੀ ਕੋਈ ਵੀ ਗੜਬੜ ਨਾ ਹੋਵੇ। ਚਲੋ ਜਿਹੜਾ ਆਪਣਾ ਮੇਨ ਪੱਖ ਸੀ, ਭਾਈ ਗੁਰਦਾਸ ਤੋਂ ਬਾਣੀ ਲਿਖਵਾਈ, ਸੰਪੂਰਨ ਤੌਰ ਤੇ 30 ਰਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਛਪ ਗਿਆ। ਸਾਰੀ ਸੰਗਤ ਨੂੰ ਬਾਬਾ ਬੁੱਢਾ ਜੀ ਵਰਗਿਆਂ ਨੂੰ ਕਹਿ ਕੇ ਨਾ ਪਿੱਛੇ ਦਰਬਾਰ ਸਾਹਿਬ ਦੇ ਵਿੱਚ ਹੀ ਰੋਕਿਆ ਗਿਆ, ਜਿੱਦੇ ਆਪਾਂ ਨੂੰ ਪਤਾ ਗੁਰੂ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਣਾ ਗਾ। ਉਸ ਦਿਨ ਦਰਬਾਰ ਸਾਹਿਬ ਦੀ ਰੁਕਿਆ ਵੀ ਰਾਮਸਰ ਦੇ ਕੰਢੇ ਤੇ ਕਿਸੇ ਨੇ ਨਹੀਂ ਪਹੁੰਚਣਾ, ਇੱਥੇ ਹੀ ਰੁਕ ਜਾਓ, ਗੁਰੂ ਸਾਹਿਬ ਇੱਥੇ ਹੀ ਆਉਣਗੇ। ਉਸ ਦਿਨ ਬਾਬਾ ਬੁੱਢਾ ਜੀ ਨੂੰ ਬੀੜ ਚੁਕਵਾਈ, ਜਿਹੜਾ ਸਰੂਪ ਛਪਿਆ ਨਾ ਉਹ ਸਰੂਪ 98 ਸਾਲ ਦੀ ਉਮਰ ਆ ਕਿਹਦੀ? ਬਾਬਾ ਬੁੱਢਾ ਜੀ ਦੀ। ਬਾਬਾ ਬੁੱਢਾ ਜੀ ਨੂੰ 98 ਸਾਲ ਦੀ ਉਮਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਚੁੱਕਣ ਦੇ ਲਈ ਕਿਹਾ, ਪੰਜਵੇਂ ਪਾਤਸ਼ਾਹ ਜਦੋਂ ਚੁੱਕਣ ਦੇ ਲਈ ਕਿਹਾ ਨਾ, ਤੇ ਬਾਬਾ ਬੁੱਢਾ ਜੀ ਨੂੰ ਕਹਿੰਦੇ ਬਾਬਾ ਬੁੱਢਾ ਜੀ ਅੱਗੇ ਲੱਗੋ, ਤੇ ਬਾਬਾ ਬੁੱਢਾ ਜੀ ਨੇ ਹੱਥ ਬੰਨ ਕੇ ਗੱਲ ਕਹੀ, ਸੱਚੇ ਪਾਤਸ਼ਾਹ ਅੱਜ ਤੱਕ ਮੈਂ ਤੁਹਾਡੇ ਪਿੱਛੇ ਹਾਂ, ਅੱਗੇ ਨਹੀਂ, ਤੇ ਅੱਜ ਮੈਂ ਅੱਗੇ ਕਿਵੇਂ ਲੱਗਾ? ਮੈਂ ਅੱਗੇ ਨਹੀਂ ਲੱਗਾਂਗਾ। ਫਿਰ ਪੰਜਵੇਂ ਪਾਤਸ਼ਾਹ ਨੇ ਉੱਥੇ ਕਿਹਾ ਸੀ ਅੱਜ ਉਸ ਗੁਰੂ ਦੇ ਲੜ ਲੱਗ ਚੁੱਕੇ ਹੋ ਤੁਸੀਂ, ਜਿਹੜਾ ਗੁਰੂ ਤੁਹਾਡੇ ਸਿਰ ਤੇ ਆ, ਇਹ ਭੁਲੇਖਾ ਕੱਢ ਦੇਵੋ ਵੀ ਅੱਜ ਅਸੀਂ ਤੁਹਾਡੇ ਪਿਛਾਂ ਲੱਗਾਂਗੇ, ਅੱਜ ਅਸੀਂ ਤੁਹਾਡੇ ਪਿਛਾਂ ਨਹੀਂ ਤੁਹਾਡੇ ਸਿਰ ਤੇ ਬੈਠੇ ਹਾਂ, ਤੇ ਸਿਰ ਤੋਂ ਭਾਵ ਤੁਹਾਡੇ ਅੱਗੇ ਹੀ ਹਾਂ, ਪਰ ਤੁਸੀਂ ਅੱਗੇ ਲੱਗੋ। ਬਾਬਾ ਬੁੱਢਾ ਜੀ ਨੇ ਬੀੜ ਨੂੰ ਚੁੱਕਿਆ, ਦਰਬਾਰ ਸਾਹਿਬ ਦੇ ਵਿੱਚ ਲਿਆਂਦਾ ਗਿਆ। ਸੰਗਤਾਂ ਦੇ ਸਮੇਤ, ਸੇਵਾਦਾਰਾਂ ਦੇ ਸਮੇਤ, ਭਾਈ ਬੰਨੋ ਵਰਗੇ, ਭਾਈ ਗੁਰਦਾਸ ਵਰਗਿਆਂ ਦੇ ਸਮੇਤ ਫਿਰ ਉੱਥੇ ਲਿਆ ਕੇ ਪੰਜਵੇਂ ਪਾਤਸ਼ਾਹ ਨੇ ਕੁਝ ਟਾਈਮ ਦਿਨ ਤੇ ਰਾਤ ਦੇ ਇੱਕ ਸਮੇਂ ਵਿੱਚ ਸੋਚਿਆ ਕੁਛ।
की सोचा गा कि हुण ग्रंथी किहनूं बणाईए, ग्रंथ की संभाल करन वाला ग्रंथी किहनूं बणाईए। फिर ध्यान दिओ जदों ग्रंथी बारे सोचा ना तो गुरु साहब ने काफ़ी टाइम तो बाद बाबा बुढ़ा जी के सिर पर हाथ धरिया गा तो बाबा बुढ़ा जी की उम्र कितनी है 98 साल की। तो अज 98 साल का बजुर्ग पहली गल तो कोई जाते नहीं 98 च, जे कोई 60-70 का है वह बुढ़ेपा सत्थां च तांस कुट्टण ते गुजरदा। तो ये जिहड़ा तांस वाली गेम आ ना, वैसे मैं जानता नहीं हाँ वो बारे कुछ भी, पर इन्ना जरूर पता ये राजे महाराजा चोज सी। कदे विचार करांगे जरूर, फिर वक्त होया ना उदो जरूर करांगे भी किवें बादशाह सब तो वड्डा, फिर वेगी उदू छोटी, उदू छोटा गोला, उदू छोटा दहला, फिर नौका, फिर अगे जाके तीन एके आउंदे ने। जदों एका सारिआं दा हो जाए उदो बादशाह भी हर जांदा गा, भाव जदों साडा एका हो गया ना ते बादशाह भी साडे अगे कुछ नहीं है। ते अज बादशाह साडे संसार नूं भरमाई फिरदे ने, पत्नी दा कलेश पति नाल पवाता ते पति दा कलेश पत्नी नाल, मां दा कलेश पुत नाल ते पुत दा कलेश मां नाल पवाता। क्यों? आ तेरे पुत नूं करोना होगी, मां दूर होगी, मां तो दूर होनी है, सारी दूर हो गए। इदां दी कौन चीज किने चल खेडी आ? साडे बादशाहां ने। ते पर इत्थे ओह तांस दी गेम चों सानूं सिख्या जरूर मिल जू, जे एका हो गया ना तीन जके तीन एके इकट्ठे हो गए तां बादशाह नूं भी हरा दिंदे ने। साडा एका हो गया ते असीं बादशाह नूं भी हरा सकदे आ, पर साडा एका नहीं है। एका होवे किवें? चमचे तां साडे संसार च ही आ ना, साडे घरां च ही आ उहनां बादशाहां दे। चलो वाहेगुरु भला करे, पंजवें पातशाह ने सोचा बाबा बुढ़ा जी के सिर ते हाथ धरिया, बाबा बुढ़ा जी तुसी प्रकाश करो। ते फिर अज 1 सितंबर हो चुकी है, भाव गुरु पातशाह जी का प्रकाश करना है। हरिमंदर साहब दे विच पहला प्रकाश बाबा बुढ़ा जी ने अपने हाथों दे नाल कीता। पर इत्थे थोड़ी जी विचार जिहड़ी अज जिथे आपां पहुंचना चाहुंदे आ ना, उह इह आ जिस भाई गुरदास ने गुरु ग्रंथ साहिब महाराज जी का एक एक अखर अपने हाथों के नाल लिखता, कि उन्हें पांचवें पातशाह ग्रंथी नहीं सी बना सकते? बना सकते सी। फिर बाबा बुढ़ा जी नूं क्यों चुनिया? इहदा कारण की है? वजह एक है, भाव गुरु ग्रंथ साहिब महाराज जी नूं पढ़न वाला श्रद्धा भावना वाला अंदरों बाहरों निर्मल चिट्टा वह इस गुरु ग्रंथ साहिब महाराज जी की सेवा संभाल कर सकता है, इहदी विचारधारा अगे दे सकदा है। ते इत्थे सिद्ध की दित्ती आ बाबा बुढ़ा जी 98 साल की उम्र च बाहरों एक एक बाल शरीर का चिट्टा, भाव वह बाहरों भी साफ आ निर्मल आ, अंदरों किन्ना क साफ आ? वह बाबे नानक दे कोल 12 साल की उम्र में ही अंदरों निर्मल हो गया सी। ते उदों बाद एक दिन भी बाबा बुढ़ा जी के अंदर दिमाग के बुरा ख्याल नहीं बनया, एक भी दिन नहीं आएगा। भाव गुरु नानक साहब ने पंजवें रूप दे विच बाबा बुढ़ा जी की सियाणप वेख के, उन्हां दी अंदर दी सादगी वेख के, उन्हां दे अंदर दी श्रद्धा, उन्हां दे अंदर दा प्रेम, उन्हां दे अंदर दी शुद्ध भावना देख के गुरु ग्रंथ साहिब महाराज जी का ग्रंथी थाप दिता, पहले हैड ग्रंथी। ते सानू की कह दिता? जिस दिन तुहानूं गुरु ग्रंथ साहिब की विचारधारा करनी है ना, पढ़ना गा, उस दिन तुहाडा जिहड़ा अंदरों सुभा ना वह बाबे बुढ़े वर्गा होना चाहीदा। ते जिस दिन तुसीं परख करनी है ते उहदे तुसीं जिहड़ी जीवन की सीध लैनी आ उहदे भाई गुरदास तों सीध लै लिओ। क्यों? क्योंकि भाई गुरदास की तीखण बुद्धि आ, नौजवान आ ना उह, तीजे पातशाह का भतीजा नौजवान आगा ते तीखण बुद्धि किन्नी का, पढ़दे आ पढ़दे आ, माफ करना लिखाउंदे आ लिखाउंदे आ। पांचवें पातशाह कई बार अपने वालों ना गलत अक्खर बोल जाते हैं, गलत तुकां बोल जाते हैं, पर उत्थे भाई गुरदास की कलम रुक जाती है। कि कहिंदा सच्चे पातशाह ये तुहाडी अपनी बोली नहीं, तुहाडी अपनी आवाज नहीं, ये आवाज तुहाडी अपनी नहीं है, तो मेरी कलम रुक गई। इतों सिद्ध की हो गया भी भाई गुरदास की तीखण बुद्धि है, परख कि अज असी कच्चियां बाणियां सुनी जाने, गुरु ग्रंथ साहिब की बाणी तो दूर रहेगी, असी तो होर ही सुनी जाने। सुखमणी पंजवें पातशाह की बाणी आ, नाल सुखमणा चक लिया, बहुते घर च पे हो गए सुखमणे के गुट के, तो जो पुछ लिए किने लिखा है, कहिंदे ऐ तो सानू पता नहीं, वह विरोधियों का लिखा पाया। क्यों? सुखमणी पंजवें पासे सुखमण अगले लिख के सानू दे दिता, जिहड़ी बाणी नाल जुड़ना सच्ची नाल उहदे नालों दूर हो गए ते कच्ची नाल जुड़ गए। ते पंजवें पातशाह दे कोल बैठे भाई गुरदास दी किन्नी क तेज बुद्धि आ, उहनां दी कलम रुक जांदी आ।
इस करके गुरु साहब ने सानू संविधान दे दिता तीखण बुद्धि भाई गुरदास वर्गी सादगी बाबा बुढ़ा वर्गी बना के दो ये प्यारियां तो सिख्या लैके ना मेरे कोले आ जाई उस दिन ही तू मेरा अपना बन जावेगा ते मैं तेरा बन जावांगा। इथों तक विचार समाप्त है। बोलदा तो अखर वध घट रह जांदा। गुरु ते गुरु की संगत बख्शण योग है। सब दा धन्नवाद। वाहिगुरु जी का खालसा वाहिगुरु जी की फतेह। राम कली महला तीजा नंद एक ओंकार सतगुरु।